ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਮਨਦੀਪ ਕੌਰ ਨਿੱਘਾ ਸਵਾਗਤ ਕਰਦੀ ਆਂ ਜਿਵੇਂ ਕਿ ਆਪਾਂ ਜਾਣਦੇ ਆਂ ਕਿ ਪਿਛਲੇ ਕੁਝ ਦਿਨ ਪਹਿਲਾਂ ਨੀਟ ਦਾ ਐਗਜ਼ਾਮ ਹੋਇਆ ਸੀਗਾ ਤੇ ਉਸ ਦੇ ਵਿੱਚ ਸਾਡੇ ਬੱਚਿਆਂ ਨੂੰ ਸਿੱਖ ਬੱਚਿਆਂ ਨੂੰ ਕਕਾਰ ਪਾਉਣ ਤੋਂ ਜਿਹੜਾ ਮਨਾ ਕੀਤਾ ਗਿਆ ਇਹ ਕਹਿ ਕੇ ਕਿ ਜਿਹੜਾ ਮੈਟਲ ਦੀਆਂ ਚੀਜ਼ਾਂ ਨੇ ਉਹ ਅੰਦਰ ਨਹੀਂ ਜਾਣ ਦਿੱਤੀਆਂ ਜਾਣ ਗਿਆ ਲੇਕਿਨ ਉਸ ਦੇ ਵਿੱਚ ਬੱਚਿਆਂ ਦੇ ਕੰਗੇ ਵੀ ਲਹਾਏ ਗਏ ਤੇ ਬੱਚਿਆਂ ਦੇ ਕੜੇ ਲਹਾਏ ਗਏ ਤੇ ਉਸ ਦੇ ਨਾਲ ਜਿਹੜੇ ਸਾਡੇ ਸਿੱਖ ਬੱਚੇ ਸਨ ਉਹਨਾਂ ਦੇ ਵਿੱਚ ਭਾਰੀ ਰੋਸ਼ ਸੀ ਤੇ ਉਹਨਾਂ ਨੂੰ ਇਸ ਗੱਲ ਦਾ ਦੁੱਖ ਵੀ ਸੀ ਕਿਉਂਕਿ ਜਿਹੜੀ ਨੀਟ ਦੇ ਐਗਜ਼ਾਮ ਸੀ ਜਿਹੜੀ ਗਾਈਡਲਾਈਨਸ ਹਨ ਉਹਨਾਂ ਦੇ ਵਿੱਚ ਇਹ ਬਿਲਕੁਲ ਮੈਂਸ਼ਨ ਕੀਤਾ ਹੋਇਆ ਸੀਗਾ ਕਿ ਤੁਸੀਂ ਆਪਣੇ ਰਿਲੀਜੀਅਸ ਜਿਹੜੀ ਤੁਹਾਡੀ ਡਰੈਸ ਕੋਡ ਹੈਗਾ ਵਾ ਉਹਦੇ ਨਾਲ ਤੁਸੀਂ ਪੇਪਰ ਦੇ ਵਿੱਚ ਬਹਿ ਸਕਦੇ ਹੋ ਪਰ ਨੀਟ ਦੇ ਐਗਜ਼ਾਮ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਅਜਿਹਾ ਨਹੀਂ ਹੋਇਆ ਤੇ ਉਹ ਉਸ ਸਮੇਂ ਵੀ ਵੇਖਿਆ ਆਪਾਂ ਸਰਦਾਰ ਬਲਵਿੰਦਰ ਸਿੰਘ ਜੀ ਹੁਣਾਂ ਨੇ ਜਿੱਥੇ ਹੋ ਸਕੇ ਆਪਣੀ ਕੋਸ਼ਿਸ਼ ਕੀਤੀ ਅਪਰੋਚ ਦੇ ਨਾਲ ਉੱਥੇ ਮੰਨੇ ਵੀ ਸੈਂਟਰ ਵਾਲੇ ਪਰ ਹੁਣ ਹੁਣ ਜਿੱਦਾਂ ਕੱਲ ਨੂੰ ਹੈਗਾ ਕੰਬਾਈਨ ਕੰਪੀਟੀਟਿਵ ਇਗਜ਼ਾਮ ਹੈ ਕੱਲ ਅ ਜਿਸ ਦੇ ਵਿੱਚ ਬਹੁਤ ਸਾਰੇ ਬੱਚੇ ਹਿੱਸਾ ਲੈ ਰਹੇ ਨੇ ਕੰਪੀਟੀਟਿਵ ਇਗਜ਼ਾਮ ਹੈ ਹਰ ਇੱਕ ਕੇਸ ਦੇ ਵੀ ਹੋਣਗੇ ਬੱਚੇ ਹੋਰ ਵੀ ਬਹੁਤ ਸਾਰੇ ਕੰਪੀਟੀਟਿਵ ਇਗਜ਼ਾਮਸ ਦੇ ਬੱਚੇ ਉਹਦੇ ਵਿੱਚ ਹੋਣਗੇ ਤਾਂ ਉਹਦੇ ਵਿੱਚ ਬੱਚਿਆਂ ਨੂੰ ਕੱਲ ਕੋਈ ਦਿੱਕਤ ਨਾ ਆਵੇ ਓ ਕੀ ਕੁਝ ਅਗਲੀ ਜਿਹੜੀ ਜਾਣਕਾਰੀ ਹੈ ਕੀ ਕੁਝ ਤਿਆਰੀ ਕਰ ਲਈ ਗਈ ਹੈ ਕਿ ਜੋ ਪ੍ਰੋਬਲਮ ਸਾਡੇ ਬੱਚਿਆਂ ਨੂੰ ਨੀਟ ਦੇ ਇਗਜ਼ਾਮ ਵਿੱਚ ਪੇਸ਼ ਆਈਆਂ ਨੇ ਉਹ ਕੱਲ ਦੇ ਪੇਪਰ ਵਿੱਚ ਨਾ ਆਉਣ। ਸਵਾਗਤ ਕਰਦੇ ਹਾਂ ਸਰਦਾਰ ਬਲਵਿੰਦਰ ਸਿੰਘ ਜੀ ਹੋਣਾ ਦਾ ਇੱਕ ਬਾਣੀ ਚੈਨਲ ਦੇ ਉੱਤੇ ਜਿਹੜੇ ਆਰਟੀਆਈ ਐਕਟੀਵਿਸਟ ਨੇ ਤੇ ਹੁਣ ਬਤੌਰ ਮੀਤ ਪ੍ਰਧਾਨ ਨੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਨਿਭਾ ਰਹੇ ਨੇ। ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੁਸੀਂ ਦੇਖੋ ਨੀਟ ਦੇ ਇਗਜ਼ਾਮ ਦੇ ਵਿੱਚ ਆਪਾਂ ਵੇਖਿਆ ਪਹਿਲਾਂ ਵੀ ਉਸ ਤੋਂ ਕੁਝ ਸਮਾਂ ਪਹਿਲਾਂ ਵੀ ਕੁਝ ਹਾਂਜੀ ਥੋੜੇ ਮਹੀਨੇ ਪਹਿਲਾਂ ਜਾਈਏ ਉਦੋਂ ਵੀ ਬੱਚਿਆਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਤੁਸੀਂ ਉਦੋਂ ਵੀ ਆਪਣੀ ਪੂਰੀ ਕਿਉਂਕਿ ਤੁਸੀਂ ਕਰਦੇ ਰਹਿੰਦੇ ਹੋ ਜਿਹੜੇ ਇਸ਼ੂ ਚੁੱਕਣ ਵਾਲੇ ਹੁੰਦੇ ਨੇ ਉਹਨਾਂ ਨੂੰ ਸ਼ੁਰੂ ਤੋਂ ਚੁੱਕਦੇ ਆ ਰਹੇ ਹੋ ਹਨ ਉਸ ਤੋਂ ਬਾਅਦ ਬੱਚਿਆਂ ਨੂੰ ਨੀਟ ਦੇ ਐਗਜ਼ਾਮਸ ਦੇ ਵਿੱਚ ਪਤਾ ਵੀ ਆ ਪ੍ਰੋਪਰ ਗਾਈਡਲਾਈਨਸ ਵੀ ਸੀਗੀਆਂ ਉੱਥੇ ਇਨਸਟਰਕਸ਼ਨਸ ਦਿੱਤੀਆਂ ਵੀ ਹੋਈਆਂ ਸੀਗੀਆਂ ਸਾਰਾ ਕੁਝ ਹਨ ਫਿਰ ਵੀ ਬੱਚਿਆਂ ਨੂੰ ਉੱਥੇ ਸਾਡੇ ਸਿੱਖ ਬੱਚਿਆਂ ਨੂੰ ਇਹ ਪਰੇਸ਼ਾਨੀ ਚੱਲਣੀ ਪਈ ਉਹਨਾਂ ਦੇ ਕਕਾਰ ਲਹਾਏ ਗਏ ਕੱਲ ਨੂੰ ਆ ਜਿਹੜਾ ਕੰਬਾਈਨ ਕੰਪੀਟੀਟਿਵ ਇਗਜ਼ਾਮ ਹੈ ਬੱਚੇ ਇਸ ਸਮੇਂ ਸਾਡੇ ਸਿੱਖ ਬੱਚੇ ਜ਼ਰੂਰ ਇਸ ਦੁਵਿਧਾ ਦੇ ਵਿੱਚ ਹੋਣਗੇ ਜਾਂ ਤਾਂ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਅਸੀਂ ਦੇਖੋ ਸਾਡੇ ਲਈ ਚੰਗੀ ਗੱਲ ਨਹੀਂ ਹੋਵੇਗੀ ਜੇਕਰ ਸਾਡੇ ਬੱਚੇ ਕਹਿਣਗੇ ਕਿ ਅਸੀਂ ਪਾ ਕੇ ਹੀ ਨਹੀਂ ਜਾਂਦੇ ਇਟ ਮੀਨਸ ਕਿ ਸਾਡੇ ਬੱਚੇ ਤਾਂ ਹੁਣ ਕਕਾਰ ਪਾਉਣ ਤੋਂ ਥੋੜਾ ਜਿਆਦਾ ਡਰਦੇ ਨੇ ਤੇ ਅੱਗੇ ਤੋਂ ਕਕਾਰ ਕੌਣ ਪਾਏਗਾ ਅਮਰਤ ਕੌਣ ਸ਼ਕੇਗਾ ਹਨਾ ਕਿ ਕੱਲ ਦੇ ਲਈ ਤਿਆਰੀ ਹੈ ਕੁਝ ਐਸਾ ਤੁਹਾਡੀ ਗੱਲਬਾਤ ਹੋ ਚੁੱਕੀ ਹੈ ਪ੍ਰਸ਼ਾਸਨ ਦੇ ਨਾਲ ਕਿ ਬੱਚਿਆਂ ਨੂੰ ਕੱਲ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕਿ ਆ ਤੁਸੀਂ ਸ਼ੋਰ ਕਰਦੇ ਹੋ ਬੱਚਿਆਂ ਨੂੰ ਤਦੋਂ ਜੀ ਬਿਲਕੁਲ ਜਿਵੇਂ ਤੁਸੀਂ ਕਿਹਾ ਮੈਂ ਅੱਗੇ ਵੀ ਹਮੇਸ਼ਾ ਹਰ ਮੁੱਦੇ ਤੇ ਬੋਲਦਾ ਰਿਹਾ ਮੈਂ ਪੂਰੀ ਮੰਨਤਾ ਦੀ ਗੱਲ ਕਰਦਾ ਹਿੰਦੂ ਸਿੱਖ ਮੁਸਲਮਾਨ ਸਭ ਦੀ ਗੱਲ ਕਰਦਾ ਰਿਹਾ ਔਰ ਆਪਣੀ ਕਮਿਊਨਿਟੀ ਦੇ ਮੁੱਦੇ ਵਿੱਚ ਚੁੱਕਦਾ ਰਿਹਾ ਟਾਈਮ ਟੂ ਟਾਈਮ ਚੁੱਕਦਾ ਰਿਹਾ ਸਿੱਖ ਪ੍ਰੋਗਰੈਸਿਵ ਫਰੰਟ ਹੈ ਮੇਰੀ ਮੈਂ ਉਹਦਾ ਵੀ ਹੈਡ ਹਾਂ ਤੇ ਕਾਫੀ ਲੋਕ ਸਾਡੇ ਨਾਲ ਜੁੜੇ ਆ ਤਾਂ ਹੁਣ ਸਾਡੀ ਜ਼ਿਮੇਵਾਰੀ ਮੇਰੇ ਸਮਝ ਨਾਲ ਥੋੜੀ ਹੋਰ ਵੱਧ ਗਈ ਕਿਉਂਕਿ ਡੀਜੀਪੀਸੀ ਦਾ ਵਾਈਸ ਪ੍ਰੈਜ਼ੀਡੈਂਟ ਬਣਦੇ ਨਾਤੇ ਸਾਡੀ ਜ਼ਿਮੇਵਾਰੀ ਹੋਰ ਵੱਧ ਗਈ ਕਿਉਂਕਿ ਹਰ ਸ਼ਖਸ ਦੀ ਹਰ ਜੰਮੂ ਦੇ ਸਿੱਖ ਸੰਗਤ ਤੇ ਹ ਇਹ ਸਾਡੇ ਨਾਲ ਖੜੇ ਹੋਣਗੇ ਔਰ ਮੈਂ ਉਹਨਾਂ ਨੂੰ ਆਸ਼ਵਾਸਨ ਦੇਣਾ ਕਿ ਅੱਜ ਮੈਂ ਬਤੌਰ ਪ੍ਰਧਾਨ ਡੀਜੀਪੀਸੀ ਦਾ ਗੱਲ ਕਰ ਰਿਹਾ ਕਿਉਂਕਿ ਸਾਡੇ ਦੇ ਲੋਕਾਂ ਨੇ ਜ਼ਿੰਮੇਵਾਰੀ ਆਇਤ ਕੀਤੀ ਹੈ ਕਿ ਤੁਸੀਂ ਸਾਡੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰੋਗੇ ਕੁਦਰੇ ਵੀ ਕੋਈ ਮੁੱਦਾ ਹੋਇਆ ਤਾਂ ਸੁਣ ਚੁੱਕੋਗੇ ਸੋ ਇਹ ਗੱਲ ਅਸੀਂ ਕੱਲ ਸਾਡੀ ਮੀਟਿੰਗ ਸੀ ਉੱਥੇ ਬੈਠ ਕੇ ਮੈਂ ਸਾਰਿਆਂ ਦੇ ਸਾਹਮਣੇ ਇਹ ਗੱਲ ਕੀਤੀ ਪਈ ਕਿਉਂਕਿ ਜਿਹੜੀ ਵੀ ਗੱਲ ਕਰਨੀ ਹੈ ਅਸੀਂ ਸਾਰਿਆਂ ਨੂੰ ਸਾਰਿਆਂ ਦੀ ਕੰਸੈਂਟ ਲੈ ਕੇ ਕਿਉਂਕਿ ਜ਼ਿਲ੍ਹੇ ਜਾਇੰਟਲੀ ਕੋਈ ਕੰਮ ਕਰਨਾ ਹੈ ਤੇ ਸਾਰਿਆਂ ਦੀ ਕੰਸੈਂਸ ਮੈਂ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਸਾਰੇ ਕਹਿ ਵਾਕਿ ਠੀਕ ਹੈ ਤੋ ਕਿਉਂਕਿ ਸਾਨੂੰ ਲੱਗਿਆ ਕਿ ਪਹਿਲੇ ਵੀ ਜੋ 13 ਮਾਰਚ ਨੂੰ 27 ਮਾਰਚ ਨੂੰ ਜਦੋਂ ਇਗਜ਼ਾਮ ਸੀ ਪੁਲਿਸ ਦਾ ਸਬ ਇੰਸਪੈਕਟਰ ਦਾ ਰਜੋਰੀ ਵਿੱਚ 15ਵਾਂ ਦੇ ਵਿੱਚ ਬੱਚਿਆਂ ਨਾਲ ਇਸ ਤਰ੍ਹਾਂ ਕੀਤਾ ਗਿਆ ਉਹਦੀ ਮੈਂ ਇਨਕੁਆਇਰੀ ਕਰਾ ਰਿਆਂ ਉਹਦੇ ਬਾਅਦ 17 ਇਸਵੇਂ ਨੇ 17 ਤਰੀਕ ਨੂੰ ਜਦ ਨੀਟ ਦਾ ਇਗਜ਼ਾਮ ਹੋਇਆ ਨੀਟ ਦੇ ਇਗਜ਼ਾਮ ਦੇ ਵਿੱਚ ਵੀ ਇਹ ਬੱਚਿਆਂ ਨੂੰ ਰੋਕਿਆ ਗਿਆ ਜੋ ਬੜੀ ਮਸੰਦਾ ਮੰਦ ਭਾਗੀ ਗੱਲ ਸੀ ਤੇ ਲੇਕਿਨ ਬਰਦਾਸ਼ਤ ਇਹ ਕਿਤੇ ਨਾ ਕੋਈ ਹੱਦ ਹੁੰਦੀ ਹੈ ਸਰਕਾਰ ਨੂੰ ਵੀ ਅਸੀਂ ਵਾਰਨ ਕਰ ਦਈਏ ਕਿ ਹਰ ਵਾਰ ਇੱਕ ਵਾਰ ਤੁਸੀਂ ਗਲਤੀਆਂ ਇਸ ਤਰ੍ਹਾਂ ਕਰੋਗੇ ਇਹ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਸੋ ਉਸ ਚੀਜ਼ ਨੂੰ ਮੱਧ ਨਜ਼ਰ ਰੱਖਦੇ ਹੋ ਕਿਉਂਕਿ ਅਸੀਂ ਕਨਫਰਨਟੇਸ਼ਨ ਨਹੀਂ ਚਾਹਦੇ ਅਸੀਂ ਚਾਹੁੰਦੇ ਹਾਂ ਸਰਕਾਰ ਨੂੰ ਅਪਡੇਟ ਕੀਤਾ ਜਾਵੇ ਵੈਸੇ ਤਾਂ ਸਰਕਾਰ ਨੂੰ ਵੌਲੰਟਰੀ ਲਈ ਚੀਜ਼ਾਂ ਕਰਨੀਆਂ ਚਾਹੀਦੀਆਂ ਜੀ ਕਿਉਂਕਿ ਬਾਰ ਬਾਰ ਕੋਟਾ ਨੇ ਵੀ ਇਹ ਡਾਇਰੈਕਸ਼ਨਾਂ ਦਿੱਤੀਆਂ ਕਨਸਟੀਟਿਊਸ਼ਨ ਦੇ ਵਿੱਚ ਸਾਨੂੰ ਸੈਕਸ਼ਨ ਆਰਟੀਕਲ 25 ਦੇ ਵਿੱਚ ਕਿਰਪਾ ਰੱਖਣੀ ਹੈ ਲੋਕੀਂ ਕਹਿੰਦੀ ਹੈ ਆ ਕਿਰਪਾ ਦਾ ਸਾਈਜ਼ ਡਿਫਾਈਨ ਕਿਤੇ ਕਹਿੰਦਾ ਕਿਰਪਾ ਨੋਸ਼ ਦੀ ਹੋਣੀ ਚਾਹੀਦੀ ਅਸੀਂ ਕਹਿੰਦੇ ਠੀਕ ਹੈ ਅਸੀਂ ਉਹਦਾ ਬਿਲਕੁਲ ਉਸ ਗੱਲ ਨੂੰ ਮੰਨਾਂਗੇ ਤਾਂ ਇਸ ਵਾਰੀ ਅਸੀਂ ਸੋਚਿਆ ਕਿ ਦੋ ਦਿਨ ਤਿੰਨ ਦਿਨ ਪਹਿਲੇ ਅਸੀਂ ਗੱਲ ਕੀਤੀ ਕਿਉਂਕਿ ਪਬਲਿਕ ਸਰਵ ਅਸੋਂ ਨਾਲ ਗੱਲ ਕੀਤੀ ਤੇ ਬੜੇ ਅچھے ਪਿਆਰੂ ਨੇ ਮੇਰੀ ਗੱਲ ਸੁਣੀ ਕਹਿੰਦੇ ਐਸਾ ਨਹੀਂ ਹੋਣਾ ਚਾਹੀਦਾ ਅਗਰ ਐਸਾ ਤੁਹਾਡਾ ਹੁੰਦਾ ਬਿਲਕੁਲ ਮੈਂ ਤੁਹਾਡੀ ਗੱਲ ਚੇਅਰਮੈਨ ਸਾਹਿਬ ਨਾਲ ਵੀ ਕਰਵਾਉਣਾ ਤੇ ਲੇਕਿਨ ਜਦ ਚੇਅਰਮੈਨ ਸਾਹਿਬ ਨੂੰ ਫੋਨ ਕੀਤਾ ਗਿਆ ਉਸ ਸਮੇਂ ਰਿਆਸੀ ਕਿਤੇ ਐਲਜੀ ਸਾਹਿਬ ਦੇ ਟੂਰ ਦੇ ਨਾਲ ਬਿਜ਼ੀ ਸੀ ਤੇ ਫਿਰ ਉਹਨਾਂ ਨੇ ਕਿਹਾ ਮੈਂ ਤੁਹਾਡੀ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਨਾਲ ਗੱਲ ਕਰਵਾਉਣਾ ਜੋ ਜੇ ਕੇ ਪੁਲਿਸ ਸਰਵਿਸ ਕਮਿਸ਼ਨ ਦੇ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਉਹਨਾਂ ਨਾਲ ਗੱਲ ਕਰਵਾਉਣਾ ਕਿਉਂਕਿ ਐਗਜ਼ਾਮ ਵੀ ਇਹ ਕੰਡਕਟ ਕਰਦੇ ਹਨ ਉਹਨਾਂ 'ਤੇ ਜ਼ਿਮੇਵਾਰੀ ਪੈਂਦੀ ਹੈ ਤਾਂ ਮੈਂ ਬੜੇ ਮੈਂ ਖੁਸ਼ੀ ਨਾਲ ਗੱਲ ਕਾਵਾਂਗਾ ਕਿ ਮੇਰੇ ਉਸ ਦੋਸਤ ਨੇ ਜੋ ਪਬਲਿਸ਼ਰਸ ਕਮਿਸ਼ਨ ਜਿਠੇ ਸਾਡੇ ਇੱਕ ਅਫਸਰ ਰੇਨ ਪੁਰਾਣਾ ਇੰਜੀਨੀਅਰ ਰੇਨ ਉਹਨਾਂ ਨੇ ਉੱਥੋਂ ਮੈਨੂੰ ਕਾਲ ਕਰਵਾਈ ਤੇ ਜਦ ਉਹਨਾਂ ਨੇ ਮੈਂ ਪੁੱਛ ਲਗੇ ਕੀ ਪ੍ਰੋਬਲਮ ਮੈਂ ਕਿਹਾ ਜੀ ਹਰ ਵਾਰੀ ਜਦ ਵੀ ਕੋਈ ਕੰਪੀਟੀਟਿਵ ਐਗਜ਼ਾਮਸ ਹੁੰਦੇ ਹਨ ਸਾਡੇ ਬੱਚਿਆਂ ਨੂੰ ਕਕਾਰ ਰੋਕੇ ਜਾਂਦੇ ਹਨ ਉਹਨਾਂ ਦਾ ਕੜਾ ਉਤਾਰਿਆ ਜਾਂਦਾ ਹੈ ਉਹਨਾਂ ਦੀ ਕਿਰਪਾ ਨੂੰ ਉਤਾਰਨੇ ਕਿਹਾ ਜਾਂਦਾ ਹੈ ਸੋ ਇਹ ਇਹ ਚੀਜ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਕਿਉਂਕਿ ਕਨਸਟੀਟਿਊਸ਼ਨਲੀ ਸਾਨੂੰ ਇਹ ਚੀਜ਼ਾਂ ਵੈਲਿਡ ਕਿੱਤੀਆਂ ਗਈਆਂ ਸਾਨੂੰ ਇਹ ਲੋ ਕਿੱਤੀਆਂ ਗਈਆਂ ਔਰ ਹੁਣ ਰੀਸੈਂਟਲੀ ਰਮਨ ਜੀ मनहरलीन कोर वर्सेस यूनियन ऑफ इंडिया इस बच्ची ने भी इकोनॉमिक्स ਦਾ ਪੇਪਰ ਸੀ ਕੰਪੀਟੀਟਰ ਇਗਜ਼ਾਮ ਸੀ ਦਿੱਲੀ ਸਟੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਨੇ ਲਿਆ ਜਦੋਂ ਇਗਜ਼ਾਮ ਦੇਣ ਗਈ ਤੇ ਉੱਥੇ ਨੂੰ ਕਿਹਾ ਗਿਆ ਤੂੰ ਕੜਾ ਉਤਾਰ ਇਸ ਨੇ ਰਿਫਿਊਜ਼ ਕਰਤਾ ਮੈਂ ਕੜਾ ਨਹੀਂ ਉਤਾਰਾਂਗੀ ਔਰ ਡੱਟੀ ਇਹਨੇ ਕੋਰਟ ਚ ਕੇਸ ਕੀਤਾ 1 ਸਾਲ ਦੇ ਬਾਅਦ ਇਸੇ 17 ਤਰੀਕ ਨੂੰ ਜਦੋਂ ਨੀਰ ਦਾ ਇਗਜ਼ਾਮ ਸੀ ਉਹ ਲਾਸਟ ਈਅਰ ਉਹਦਾ ਉੱਥੇ ਇਗਜ਼ਾਮ ਸੀ 17 ਨੂੰ 21 ਨੂੰ ਤੇ ਉਹਨੇ ਕੋਰਟ ਵੀ ਕੀਤਾ ਤੇ ਇਸ 11 7 ਨੂੰ ਉਹਦੀ ਵੀ ਜਜਮੈਂਟ ਆਈ ਕੋਟਰੀ ਵਹੀਕਲ ਕਿਹਾ ਵੀ ਇਹ ਕਸਟਮਰ ਅਡਰੈਸਸ ਆ ਤੁਸੀਂ ਇਸ ਨੂੰ ਡਿਨਾਈ ਨਹੀਂ ਕਰ ਸਕਦੇ ਬੱਚਿਆਂ ਨੂੰ ਰੋਕ ਨਹੀਂ ਸਕਦੇ ਸਿਰਫ ਫਿਸ਼ਿੰਗ ਦੇ ਨਾਮ ਤੇ ਸਿਕਿਉਰਿਟੀ ਦੇ ਨਾਮ ਤੇ ਤੁਸੀਂ ਇਹਨਾਂ ਗੱਲਾਂ ਨੂੰ ਬੱਚਿਆਂ ਨੂੰ ਉਹਨਾਂ ਦੇ ਰਿਲੀਜੀਅਸ ਜੋ ਉਹਨਾਂ ਦੇ ਕਸਟਮਰ ਅਡਰੈਸਸ ਉਸ ਨੂੰ ਪਹਿਨਣ ਤੋਂ ਮਨਾ ਨਹੀਂ ਕਰ ਸਕਦੇ ਜੇ ਸਿਕਿਉਰਿਟੀ ਦਾ ਪਰਪਸ ਆਂਦਾ ਤੁਸੀਂ ਬੱਚਿਆਂ ਨੂੰ ਕੁਝ ਦਿਨ ਪਹਿਲੇ ਬੁਲਾ ਸਕਦੇ ਹੋ ਵੀ ਤੁਸੀਂ 10 ਮਿੰਟ ਪਹਿਲੇ ਆ ਜਾਓ ਤੁਹਾਡੀ ਅਸੀਂ ਸਿਕਿਉਰਿਟੀ ਨਾਲ ਅਸੀਂ ਚੈੱਕ ਕਰ ਲਵਾਂਗੇ ਤੇ ਤੁਸੀਂ ਡਿਨਾਈ ਨਹੀਂ ਕਿਸ ਨੂੰ ਰੋਕ ਨਹੀਂ ਸਕਦੇ ਪਰ ਤੁਸੀਂ ਆਪਣੇ ਇੱਕ ਕਾਰਸ ਤੋਂ ਡਿਨਾਈ ਨਹੀਂ ਕਰ ਸਕਦੇ ਸੋ ਜਜਮੈਂਟ ਵੀ ਸਭ ਨੂੰ ਪਤਾ ਲੇਕਿਨ ਉਸ ਦੇ ਬਾਵਜੂਦ NEET ਦੇ ਐਗਜ਼ਾਮੀਨੇਸ਼ਨ ਦੇ ਵਿੱਚ ਤੇ ਕਈ ਸੈਂਟਰਾਂ 'ਚ ਸਾਨੂੰ ਪ੍ਰੋਬਲਮ ਆਈ। ਪਰ ਮੇਂ ਜੇ ਸਾਰੇ ਹੀ ਲੋਕੀ ਮਨੂੰ ਨਹੀਂ ਜਾਣਦੇ ਜਾਂ ਸਾਰੇ ਲੋਕੀ ਤੁਹਾਨੂੰ ਨਹੀਂ ਜਾਣਦੇ। ਜੋ ਲੋਕੀ ਜਾਣਦੇ ਸਨ ਉਹਨਾਂ ਨੇ ਦੋ ਚਾਰ ਪੰਜ ਲੋਕਾਂ ਨੇ ਸਾਨੂੰ ਕੰਪਲੇਂਟ ਕੀਤੀ ਤੇ ਮੈਂ ਤੁਹਾਡਾ ਇੱਕ ਬਾਣੀ ਚੈਨਲ ਦਾ ਸ਼ੁਕਰੀਆ ਅਦਾ ਕਰਦਾ ਕਿ ਮੈਂ ਕਸ਼ਮੀਰ ਜਾ ਰਿਹਾ ਸੀ, ਰਾਂਬਨ ਪਹੁੰਚਿਆ ਸੀ। ਰਸਤੇ ਵਿੱਚ ਹੀ ਤੁਸੀਂ ਲਾਈਵ ਲਿਆ ਔਰ ਕਾਫੀ ਹੱਦ ਤੱਕ ਉਹ ਮੁੱਦੇ ਸੁਧਰੇ। ਜਿੱਥੋਂ ਜਿੱਥੋਂ ਸਾਨੂੰ ਫੋਨ ਆਇਆ ਉਹਨਾਂ ਨੂੰ ਮੈਂ NEET ਦੀ ਜੋ ਕੰਟੈਂਪੋਰੀ ਡிரஸ் ਕੋਡ ਜੋ ਉਹ ਲੋਕ ਕੀਤਾ ਸੀ, ਕੜਾ ਕਿਰਪਾਨ ਤੇ ਕੰਗਾ ਉਹਨਾਂ ਨੇ NEET ਨੇ ਆਪਣ ਮੈਂ ਉਹਦਾ ਸਕਰੀਨਸ਼ਾਟ ਲਾ ਕੇ ਹਰ ਜਗ੍ਹਾ ਭੇਜਿਆ ਜਿੱਥੋਂ ਕੋਈ ਕੰਪਲੇਂਟ ਆਈ ਮੈਂ ਉੱਥੇ ਭੇਜਿਆ ਤੇ ਕੁਛ ਨੇ ਦੋਸੀ ਵਕਤ ਮੰਨ ਲਿਆ ਤੇ ਕੁਛ ਨੇ ਥੋੜੀ ਦੇਰ ਦੇ ਬਾਅਦ ਆਪਣੀ ਗਲਤੀ ਮੰਨੀ ਤੇ ਬੱਚਾ ਨੂੰ ਹਲੋ ਕੀਤਾ ਗਿਆ ਲੇਕਿਨ ਫਿਰ ਵੀ ਮੈਂ ਸਮਝਦਾ ਕਿਦਾਂ ਕਿਦ ਸਾਡੇ ਬੱਚਾ ਨੂੰ ਹਿਊਮਿਲੇਸ਼ਨ ਫੀਲ ਹੁੰਦੀ ਆ ਭਾਵੇਂ ਅਗਰ 400 ਬੱਚਾ ਜਾ ਰਿਹਾ ਤੇ ਤੁਸੀਂ 399 ਨੂੰ ਜਾਣ ਦਿਓਗੇ ਇੱਕ ਬੱਚਾ ਨੂੰ ਰੋਕ ਦਿਓਗੇ ਮੇਰੇ ਲਈ ਇਸ ਕਰਕੇ ਕਿ ਉਸਨੇ ਇੱਕ ਕਿਰਪਾਨ ਪਾਈ ਹੈ ਕੜਾ ਪਾਇਆ ਇਹ ਚੀਜ਼ਾਂ ਬਰਦਾਸ਼ਤ ਤੋਂ ਬਾਹਰ ਹੋ ਜਾਂਦੀਆਂ ਨੇ ਜ਼ਿਆਦਾ ਦੇਰ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਗਲਤੀ ਇੱਕ ਵਾਰੀ ਹੁੰਦੀ ਆ ਦੋ ਵਾਰੀ ਹੁੰਦੀ ਆ ਤੁਸੀਂ ਬਾਰ ਬਾਰ ਪਰ ਇਹ ਸੋਚਣ ਦੇ ਵਿਚਾਰ ਕਰਨ ਦੀ ਗੱਲ ਇਹ ਵੀ ਆ 2014 ਤੋਂ ਬਾਅਦ ਹੀ ਅਸੀ ਗੱਲਾਂ ਕਿਉਂ ਸ਼ੁਰੂਆਂ ਸੋ ਫਿਰ ਕਿਧਰੇ ਕਿਧਰੇ ਸਾਡੀ ਸ਼ੱਕ ਦੀ ਗੁਜਾਇਸ਼ ਸਾਡੀ ਵੱਧਦੀ ਹੈ ਭਈ ਕਿਉਂ 2014 ਦੇ ਬਾਅਦ ਸਰਕਾਰ ਨੇ ਅਸੀ ਗੱਲਾਂ ਸ਼ੁਰੂ ਕੀਤੀ ਉਸ ਤੋਂ ਪਹਿਲੇ ਸਾਡਾ ਕੋਈ ਐਸਾ ਨਹੀਂ ਹੋਇਆ ਹਰ ਜਗ੍ਹਾ ਇਗਜ਼ਾਮ ਹੁੰਦੇ ਰਹੇ ਜੰਮੂ ਕਸ਼ਮੀਰ ਚ ਹੁੰਦੇ ਰਹੇ ਵਰਲਡ ਪੂਰੇ ਹਿੰਦੁਸਤਾਨ ਚ ਕੰਟਰੀ ਵਾਈਡ ਪੂਰੇ ਸਟੇਟ ਲੈਵਲ ਚ ਹੁੰਦੇ ਰਹੇ ਕੰਪੀਟੀਟਰ ਇਗਜ਼ਾਮਸ ਕਿਧਰੇ ਕੰਪਲੇਂਟਾਂ ਸਾਨੂੰ ਨਹੀਂ ਆਈਆਂ ਜ਼ਿਆਦਾਤਰ ਕੇ 14 ਦੇ ਬਾਅਦ ਆ ਨਹੀਂ ਸ਼ੁਰੂਆਂ ਇਸ ਕਰਕੇ ਮੇਰਾ ਇਸ਼ਾਰਾ ਸਾਰੇ ਸਮਝ ਜਾਣਗੇ ਪਰ ਕਿਉਂ ਆ ਸਰਕਾਰ ਨੂੰ ਚਾਹੀਦਾ ਸਭ ਦਾ ਸਾਥ ਸਭ ਦਾ ਵਿਸ਼ਵਾਸ ਹੈ ਅਗਰ ਗੱਲ ਕਰਦੇ ਨਾ ਤਾਂ ਇਹਨਾਂ ਚੀਜ਼ਾਂ ਤੇ ਗੌਰ ਫਰਮਾਏ ਇਹ ਚੀਜ਼ਾਂ ਬਾਰ ਬਾਰ ਕਿਸੇ ਵੀ ਕਮਿਊਨਿਟੀ ਦੇ ਨਾਲ ਨਹੀਂ ਹੋਣੀ ਚਾਹੀਦੀ ਚਾਹੇ ਹਿੰਦੂ ਹੋਵੇ ਸਿੱਖ ਹੋਵੇ ਮੁਸਲਿਮ ਇਹ ਬੜੇ ਸੈਂਸਿਟਿਵ ਇਸ਼ੂ ਨੇ ਸੋ ਜਦ ਅਸੀਂ ਕੰਟਰੋਲਰ ਐਗਜ਼ਾਮੀਨੇਸ਼ਨ ਨਾਲ ਗੱਲ ਕੀਤੀ ਤੁਹਾਨੂੰ ਉਹਨੂੰ ਮੈਂ ਇੱਕ ਕੰਸਰਨ ਦੱਸਿਆ ਬਈ ਬੜਾ ਸੀਰੀਅਸ ਕੰਸਰਨ ਹੈ ਇਹ ਬੜੀ ਛੋਟੀ ਜੀ ਚੰਗਾਰੀ ਫੈਲ ਜਾਏ ਤੇ ਬੜੀ ਅੱਗ ਲੱਗ ਸਕਦੀ ਹੈ ਬੱਚਿਆਂ ਤੋਂ ਬਰਦਾਸ਼ਤ ਤੋਂ ਬਾਹਰ ਔਰ ਸਾਨੂੰ ਵੀ ਬਰਦਾਸ਼ਤ ਨਹੀਂ ਹੋਏਗਾ ਹੁਣ ਐਜ਼ ਅ ਡਿਸਟ੍ਰਿਕਟ ਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਵੀ ਸਾ ਔਰ ਹਰ ਬੱਚੇ ਨਾਲ ਖਲੋਈਏ ਤਾਂ ਕਿ ਬੱਚੇ ਆਪਣੇ ਆਪ ਨੂੰ ਲ ਇਕੱਲਾ ਨਾ ਮਹਿਸੂਸ ਕਰਨ। ਸੋ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਬੱਚਿਆਂ ਨੂੰ ਅਪੀਲ ਕਰਨਾ ਚਾਹੁੰਦਾ ਆਪਣੇ ਗੁਰਸਿੱਖ ਵੀਰਾਂ ਨੂੰ ਉਹਨਾਂ ਗੁਰਸਿੱਖ ਬੱਚਿਆਂ ਨੂੰ ਜਿਨ੍ਹਾਂ ਨੇ ਅਮਰਤਪਾਨ ਕੀਤਾ। ਵੈਸੇ ਤੇ ਬੜੀ ਘੱਟ ਗਿਣਤੀ ਚ ਲੋਕੀ ਅਮਰਤਪਾਨ ਕਰਦੇ ਜਿਨ੍ਹਾਂ ਵੀਰਾਂ ਨੇ ਕੀਤਾ। ਮੈਂ ਦਾਅਵੇ ਨਾਲ ਉਹਨਾਂ ਨੂੰ ਕਹਿੰਦਾ ਮੈਂ ਉਹਨਾਂ ਨੂੰ ਅਸ਼ੋਰ ਕਰਦਾ ਤੁਹਾਡੇ ਸਾਹਮਣੇ ਕਿ ਤੁਸੀਂ ਆਪਣੇ ਕਕਾਰ ਪਾ ਕੇ ਜਾਓਗੇ। ਕੰਪੀਟੀਟਿਵ ਇਗਜ਼ਾਮਸ ਜਾ ਰਹੇ ਹੋ ਇੱਕ ਕਕਾਰ ਪਾ ਕੇ ਜਾਓਗੇ। ਤੁਹਾਨੂੰ ਦੁਨੀਆ ਦੀ ਕੋਈ ਤਾਕਤ ਜੰਮੂ ਕਸ਼ਮੀਰ ਦੇ ਇਗਜ਼ਾਮ ਦੇਣ ਤੋਂ ਨਹੀਂ ਰੋਕ ਸਕਦੀ। ਬਾਕੀ ਮੇਰਾ ਫੋਨ ਨੰਬਰ ਮੇਰੇ ਅੱਗੇ ਵੀ ਤੁਹਾਡੇ ਕੋਲ ਹੈ ਨਾ ਅੱਜ ਮੈਂ ਤੁਹਾਨੂੰ ਆਪਣਾ ਫੋਨ ਨੰਬਰੇ ਕੋਲ ਫਿਰ ਦੇ ਰਿਹਾ ਮੇਰਾ ਫੋਨ 700 644 538 ਜਿਸ ਜਗ੍ਹਾ ਵੀ ਕਿਸੇ ਐਗਜ਼ਾਮੀਨੇਸ਼ਨ ਸੈਂਟਰ 'ਤੇ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਹੈ ਸਾਨੂੰ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਕਿਹਾ ਵੀ ਬਿਰਿੰਦਰ ਜੀ ਅਮਨੇ ਡੀਜੀਪੀ ਸਾਹਿਬ ਸੇ ਵੀ ਬਾਤ ਕਰ ਲਈ ਹੈ ਕਨਸਰਨ ਐਸਐਸਪੀ ਸਾਹਿਬ ਸੇ ਵੀ ਬਾਤ ਕਰ ਲਈ ਹੈ जितने भी हमारे नोटल अफसर हैं एग्जामिनेशन सेंटर्स के हमने सबको यह कन्वे कर दिया मीटिंग करके आपका कंसर्न हमने कन्वे कर दिया कि किसी को किसी भी बच्चे को हरास नहीं किया जाएगा आपके ककार एलो किए जाएंगे किसी को कोई प्रॉब्लम नहीं आएगी उन्होंने मनो एश्योर किया अगर फिर भी कितने प्रॉब्लम आती है बृंद्र जी मेरा नंबर आपके पास है आप इमीडिएटली मुझे कॉल कीजिए हम उसका रिडर्सल करेंगे सो मैं अपने बच्चे को अश्योर कर कि पूरे पांच ककारां जाना ककार पा जाना ਇਹ ਨਹੀਂ ਬਈ ਐਗਜ਼ਾਮ ਆ ਗਿਆ ਕਕਾਰ ਛੱਡ ਦੋ ਕਿ ਨਹੀਂ ਅਸੀਂ ਤੁਹਾਡੇ ਨਾਲ ਖੜੇ ਹਾਂ ਕਕਾਰਾਂ ਦੇ ਸਮੇਤ ਤੁਹਾਨੂੰ ਐਗਜ਼ਾਮ ਵਿੱਚ ਬੈਠਣ ਦੇਣਗੇ ਨਹੀਂ ਬੈਠਣ ਦੇਣਗੇ ਅਸੀਂ ਤੁਹਾਡੇ ਪਿੱਛੇ ਖੜੇ ਹਾਂ ਕਿਸੇ ਵੀ ਹੱਦ ਤੱਕ ਜਾਣਾ ਪਿਆ ਅਸੀਂ ਜਾਾਂਗੇ ਬਾਕੀ ਮੈਂ ਆਪਣੇ ਨੌਜਵਾਨਾਂ ਨੂੰ ਵੀ ਵੀਰਾਂ ਨੂੰ ਵੀ ਕਹਣਾ ਆਓ ਅਗਰ ਇਸ ਮੁੱਦੇ 'ਤੇ ਸਾਨੂੰ ਕਿਧਰੇ ਕੋਈ ਕੰਪਲੇਂਟ ਆਂਦੀ ਹੈ ਸਾਡੇ ਕੋਲ ਟੀਮਾਂ ਕਾਫੀਆਂ ਨੇ ਲੇਕਿਨ ਫਿਰ ਤੁਹਾਨੂੰ ਤੁਹਾਡੇ ਸਹਿਯੋਗ ਦੀ ਜ਼ਰੂਰਤ ਪੈਗੀ ਜਿਸ ਸੈਂਟਰ ਤੋਂ ਸਾਨੂੰ ਕੋਈ ਐਸੀ ਪ੍ਰੋਬਲਮ ਦੀ ਕੰਪਲੇਂਟ ਆਂਦੀ ਹੈ ਸਾਨੂੰ ਭਈ ਸਾਡੇ ਬੱਚਿਆਂ ਨੂੰ ਕਕਾਰਾਂ ਕਰਕੇ ਰੋਕਿਆ ਗਿਆ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਮੀਡੀਏਟਲੀ ਸਾਰੇ ਅਸੀਂ ਸਾਡਾ ਕੰਮ ਉ ਔਰ ਮੈਂ ਡਿਸਟ੍ਰਿਕਟ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਬਾਕੀ ਡਿਸਟ੍ਰਿਕਟਾਂ ਦੇ ਵਿੱਚ ਵੀ ਮੈਂ ਕਹਿੰਦਾ ਕਮੇਟੀਆਂ ਨੂੰ ਇਹਨਾਂ ਚੀਜ਼ਾਂ ਦੇ ਪੂਰੀ ਨਜ਼ਰ ਰੱਖੀ ਜਾਏ ਜਿਸ ਦੀ ਜਗ੍ਹਾ ਸੈਂਟਰ ਆ ਤੁਹਾਨੂੰ ਕੰਪਲੇਂਟ ਮਿਲਦੀ ਹੈ ਫੌਰਨ ਨੌਜਵਾਨ ਲੈ ਕੇ ਉੱਥੇ ਪਹੁੰਚੋ ਵੀ ਲੇਕਿਨ ਪੀਸਫੁਲ ਤਰੀਕੇ ਨਾਲ ਇੱਕ ਵਾਰ ਅਸੀਂ ਕਲੀਅਰ ਕਰ ਦਈਏ ਕਿ ਸਾਡੀ ਡੀਜੀਪੀਸੀ ਜਾਂ ਸਾਡੀ ਸਿੱਖ ਪ੍ਰੋਗਰੈਸਿਵ ਫਰੰਟ ਜਾਂ ਐਜ਼ ਅ ਇੰਡੀਵਿਜੂਅਲ ਬਲੂ ਦਸਿੰਗ ਕੋਲ ਵਾਇਲੈਂਸ ਨਾਮ ਦੀ ਕੋਈ ਚੀਜ਼ ਦੀ ਕਿਤੇ ਕੋਈ ਗੁੰਜਾਇਸ਼ ਨਹੀਂ ਹੈ ਪੀਸਫੁਲ ਤਰੀਕੇ ਦੇ ਨਾਲ ਵਿਦਨ ਆਪਣਾ ਕਨਸਟੀਟਿਊਸ਼ਨਲ ਫਰੇਮਵਰਕ ਦੇ ਨਾਲ ਆਪਣਾ ਜੋ ਸਾਡਾ ਕਨਸਟੀਟਿਊਸ਼ਨਲ ਰਾਈਟ ਦਿੱਤਾ ਪ੍ਰੋਟੈਸਟ ਕਰਨ ਦਾ ਤਰਨੇ ਲਗਾਣ ਦਾ ਆਵਾਜ਼ ਚੁਕੰਦਾ ਉਹ ਅਸੀਂ ਪੀਸਫੁਲ ਤਰੀਕੇ ਨਾਲ ਕਰਨੀ ਆ ਨੌਜਵਾਨਾਂ ਨਾਲ ਗੱਲ ਕਰਦੇ ਆ ਜਿੱਥੇ ਕਿਤੇ ਕੋਈ ਵਾਇਲੈਂਸ ਹੁੰਦੀ ਹੈ ਤੁਹਾਡਾ ਮਕਸਦ ਉੱਥੇ ਬੋਲ ਕੇ ਖਤਮ ਹੋ ਜਾਂਦਾ ਅਗਰ ਚਾਹੇ ਹੈਰਿਟੇਜ ਦਾ ਮੁੱਦਾ ਹੋਵੇ ਜਾਂ ਕੋਈ ਵੀ ਅਗਰ ਹੈਰਿਟੇਜ ਦੇ ਵਿੱਚ ਇਹ ਅਗਰ ਅਸੀਂ ਵਾਇਲੈਂਸ ਕਰਦੇ ਤੇ ਸਾਡਾ ਮੁੱਦਾ ਹੱਲ ਨਹੀਂ ਸੀ ਹੋਣਾ ਜੋ ਵੀ ਮੁੱਦੇ ਹੱਲ ਹੁੰਦੇ ਨੇ ਪੀਸਫੁਲ ਤਰੀਕੇ ਨਾਲ ਹੁੰਦੇ ਨੇ ਡਾਇਲੌਗ ਨਾਲ ਹੁੰਦੇ ਨੇ ਸੋ ਨੌਜਵਾਨਾਂ ਨੂੰ ਅਪੀਲ ਕਰਾਂਗਾ ਅਗਰ ਕੱਲ ਸਾਨੂੰ ਤੁਹਾਡੀ ਵੀ ਜ਼ਰੂਰਤ ਪਈ ਅਸੀਂ ਤੁਹਾਨੂੰ ਵੀ ਕਾਲ ਕਰਾਂਗੇ ਜਿਸ ਸੈਂਟਰਸ ਦੇ ਸਾਡੇ ਕਿਸੇ ਬੱਚੇ ਦੇ ਨਾਲ ਕਿਰਪਾਨ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਕਿਸੇ ਕਕਾਰ ਨੂੰ ਛੇੜਨ ਦੀ ਕੋਸ਼ਿਸ਼ ਕੀਤੀ ਗਈ ਸਾਰੇ ਉੱਤੇ ਪਹੁੰਚ ਕੇ ਧਰਨਾ ਲਗਾਗੇ ਪ੍ਰੋਟੈਸਟ ਕਰਾਂਗੇ ਤਾਂ ਕਿ ਬੱਚੇ ਨੂੰ ਫੀਲ ਹੋਏਗਾ ਭਈ ਸਾਡੀ ਕਮਿਊਨਿਟੀ ਸਾਡੇ ਪਿੱਛੇ ਖੜੀ ਹੈ ਔਰ ਇਸ ਕਰਕੇ ਸਰਕਾਰ ਨੇ ਸਾਨੂੰ ਇਸ ਵਾਰੀ ਆਸ਼ਵਾਸਨ ਦਿੱਤਾ ਔਰ ਖਾਸ ਕਰਕੇ ਜੰਮੂ ਕਸ਼ਮੀਰ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰਾਂ ਅਹੁਦੇਦਾਰ ਜੋ ਸੀਨੀਅਰ ਅਹੁਦੇਦਾਰ ਜੋ ਐਗਜ਼ਾਮੀਨੇਸ਼ਨ ਦੇ ਕੰਟਰੋਲਰ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਤੁਹਾਡੇ ਨਾਲ ਐਸਾ ਨਹੀਂ ਕੀਤਾ ਜਾਏਗਾ ਔਰ ਮੈਂ ਉਮੀਦ ਕਰਦਾ ਕਿ ਐਸਾ ਹੀ ਹੋਏਗਾ ਲੇਕਿਨ ਫਿਰ ਵੀ ਕਿਧਰੇ ਕਿਧਰੇ ਅਗਰ ਕੋਈ ਐਸੀ ਗੁੰਜਾਇ ਤੋ ਸਾਰੇ ਲੋਕੀ ਜਿੱਥੇ ਜਿੱਥੇ ਰਹਿੰਦੇ ਉਥੇ ਪਹੁੰਚੋ ਉਹਨਾਂ ਸੈਂਟਰਾਂ ਤੇ ਪਹੁੰਚ ਕੇ ਉਹਨਾਂ ਬੱਚਿਆਂ ਦੇ ਨਾਮ ਲਵੋ ਔਰ ਮੈਂ ਉਹਨਾਂ ਦੇ ਪੇਰੈਂਟਸ ਨਾਲ ਗੱਲ ਹੋਰ ਕਰਾਂਗਾ ਜਿੱਥੇ ਤੁਹਾਨੂੰ ਕੋਈ ਅਸੀ ਗੱਲ ਲੱਗਦੀ ਹੈ ਕਨਫਰੰਟੇਸ਼ਨ ਹੀ ਕਰਨੀ ਕੈਮਰਾ ਆਈਗਾ ਸਾਰਿਆਂ ਕੋਲ ਹੁਣ ਮੋਬਾਈਲ ਸਾਰਿਆਂ ਕੋਲ ਹੁਣ ਇਹਦੀ ਵੀਡੀਓ ਰਿਕਾਰਡਿੰਗ ਕਰ ਲਓ ਕਿਉਂਕਿ ਹੁਣ ਮੈਂ ਸਰਕਾਰ ਨੂੰ ਮੈਂ ਚੈਲੰਜ ਕਰਦੇ ਆ ਮੈਂ ਕਰਦੇ ਆ ਅਗਰ ਇਸ ਵਾਰੀ ਸਾਡੇ ਬੱਚਿਆਂ ਨਾਲ ਇਸ ਕਾ ਹਿਊਮਿਨੇਸ਼ਨ ਕੀਤੀ ਗਈ ਤਾਂ ਸਾਨੂੰ ਅਗਰ ਜੁਡੀਸ਼ੀਅਲ ਇੰਟਰਵੈਂਸ਼ਨ ਲੈਣੀ ਪਈ ਅਸੀਂ ਕੋਰਟ ਵਿੱਚ ਜਾਵਾਂਗੇ ਅਸੀਂ ਸਰਕਾਰ ਨੂੰ ਪਾਰਟੀ ਬਣਾਵਾਂਗੇ ਅਸੀਂ ਜੇ ਕਿ ਪਬਲਿਕ ਸਰਵਿਸ ਕਮਿਸ਼ਨ ਨੂੰ ਪਾਰਟੀ ਬਣਾਵਾਂਗੇ ਅਸੀਂ ਸਕਿਉਰਿਟੀ ਏਜੰਸੀਜ਼ ਨੂੰ ਪਾਰਟੀ ਬਣਾਵਾਂਗੇ ਵੀ ਤੁਸੀਂ ਸਾਡੇ ਬੱਚਿਆਂ ਨੂੰ ਬਾਰ ਬਾਰ ਇਹਨਾਂ ਚੀਜ਼ਾਂ ਤੋਂ ਹਿਮੂਲੇਟ ਕਿਉਂ ਕਰਦੇ ਹੋ ਤੋਂ ਕਿਦਣਾ ਕਿਦੈ ਜੇ ਲੱਗਦਾ ਹੈ ਤੁਹਾਨੂੰ ਸਰਕਾਰ ਜਾਂ ਤੇ ਚਾਹਦੀ ਹੈ ਕਿ ਬੱਚੇ ਅਮਰਤਾ ਰਹਿਣਾ ਹੋਣ ਬੱਚੇ ਗੁਰੂ ਵਾਲੇ ਨਾ ਬਣਨ ਇਹਨਾਂ ਨੂੰ ਸਿੱਖੀ ਤੋਂ ਦੂਰ ਕਿਤਾ ਜਾਵੇ ਪਰ ਇਹ ਸਰਕਾਰ ਦੇ ਮੈਂ ਸਮਝਦਾ ਕਿ ਇਹ ਗਲਤ ਫਹਮੀ ਹੈ ਸਰ ਕਹਿੰਦਾ ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ ਜਿਉਂ-ਜਿਉਂ ਮਨੂੰ ਵੱਧਾ ਧੁੰਨ ਸੋਣੇ ਹੋਵੇ ਸਰਕਾਰ ਦੇ ਜ਼ੁਲਮ ਜ਼ਬਰ ਅਗੇ ਅਸੀਂ ਝੁਕਣਾ ਵਾਲੇ ਨਹੀਂ ਆਂ ਔਰ ਜਾਇ ਕਿੱਥੇ ਵੀ ਅਸੀਂ ਖੜਨ ਲਈ ਤਿਆਰ ਹਮੇਸ਼ਾ ਸਾਇਸਕਲ ਦੇ ਲਈ ਨਜ਼ਾਦ ਅਲੇ ਕਿਸਿਆ ਸਾਥਨਾ ਅਸੀਂ ਦਿੱਤਾ ਹੈ ਨਾ ਅੱਗੇ ਦੇਵਾਂਗੇ ਪੀਸਫੁਲ ਤਰੀਕੇ ਨਾਲ ਜਿੱਥੇ ਵੀ ਸਾਨੂੰ ਸਰਕਾਰ ਨਾਲ ਡਾਇਲੌਗ ਕਰਕੇ ਗੱਲਾਂ ਕਰਨੀਆਂ ਬਈਆਂ ਜ਼ਰੂਰ ਕਰਾਂਗੇ ਅਗਰ ਸਰਕਾਰ بار بار ਇਨੀਆਂ ਚੀਜ਼ਾਂ ਲਈ ਸਾਨੂੰ ਮਜਬੂਰ ਕਰੇਗੀ ਭਾਈ ਨਹੀਂ ਜੀ ਅਸੀਂ ਫਿਰ ਰੁਕੋਗੇ ਅਗਰ ਫਿਰ ਰੁਕੋਗੇ ਟਕਰਾਹ ਵੀ ਦਿੱਤੀ ਅਪਣਾਓਗੇ ਫਿਰ ਅਸੀਂ ਵੀ ਚੁੱਪ ਕਰਕੇ ਨਹੀਂ ਬੈਠਾਂਗੇ ਜੁਡੀਸ਼ੀਅਲ ਇੰਟਰਵੈਂਸ਼ਨਲਸੀ ਲਾਵਾਂਗੇ ਕੋਰਟ ਹੀ ਜਾਵਾਂਗੇ ਹੋਰ ਵੀ ਜੋ ਸਾਨੂੰ ਚਾਰਾ ਜੇ ਕਰਨੀ ਬਈ ਅਸੀਂ ਉਹਦੇ ਲਈ ਕਰਾਂਗੇ ਸੋ ਕਿਉਂਕਿ ਕੋਰਟ ਨੇ ਵੀ ਜੋ ਜਜਮੈਂਟ ਦਿੱਤੀ ਹੈ ਕੋਰਟ ਨੇ ਵੀ ਕਹਿਤਾ ਕਿ ਵੇਰੰਗਾ ਵੇਰੰਗਾ 5 ਕਾ ਕਾਰ ਦਾ ਬੇਸਿਕ ਪੀਨਸ ਆਫ 6 ਫੇਥ ਇਸ ਇੱਕ ਫੇਥੇ ਬੜਾ ਇਹ ਉਹਨਾਂ ਦੇ ਜਿਸਮ ਤੋਂ ਜੁਦਾ ਨਹੀਂ ਕਿਤੇ ਜਾ ਸਕਦੇ ਸੋ ਇਹਨਾਂ ਨੂੰ 11 7 ਦੀ 22 ਦੀ ਹਾਈ ਕੋਰਟ ਦਿੱਲੀ ਹਾਈ ਕੋਰਟ ਦੀ ਜੱਜਮੈਂਟ ਵੀ ਪੜ੍ਹਣੀ ਚਾਹੀਦੀ ਹੈ ਸੋ ਇਹ ਕੁਝ ਚੀਜ਼ਾਂ ਹਨ ਜਿਹਦੇ ਕਰਕੇ ਮੈਂ ਸਾਰੇ ਹੀ ਇਹ ਗੱਲ ਜ਼ਰੂਰ ਕਾਵਾਂਗਾ ਜਿੱਥੇ ਜਿੱਥੇ ਕੋਈ ਐਸਾ ਇਨਸੀਡੈਂਟ ਹੁੰਦਾ ਉਹਦੀ ਵੀਡੀਓਗ੍ਰਾਫੀ ਜ਼ਰੂਰ ਕਰ ਲਈਓ ਕਿਸੇ ਨਾਲ ਕਨਫਰਟੇਸ਼ਨ ਨਹੀਂ ਕਰਨੀ ਕਿਸੇ ਝਗੜੇ 'ਚ ਨਹੀਂ ਪੈਣਾ ਵੀਡੀਓਗ੍ਰਾਫੀ ਪੀਸਫੁੱਲ ਤਰੀਕੇ ਨਾਲ ਬੈ ਕੇ ਜ਼ਰੂਰ ਕਰ ਲਿਓ ਤਾਂ ਕਿ ਸਾਡੇ ਕੋਲ ਪ੍ਰੂਫ ਹੋ ਜਾਣ ਅਸੀਂ ਕੱਲ ਨੂੰ ਕੋਰਟ ਤੇ ਜੁਡੀਸ਼ੀ ਜਾ ਕੇ ਜੱਜ ਸਾਹਿਬ ਨੂੰ ਦੱਸ ਸਕੀਏ ਕਿ ਸਾਡੇ ਨਾਲ ਇਸ ਕਿਸਮ ਦੀਆਂ ਜ਼ਿਆਤੀਆਂ ਕੀਤੀਆਂ ਜਾ ਰਹੀਆਂ ਹਨ ਆਜ਼ਾਦ ਹਿੰਦੁਸਤਾਨ ਦੇ ਵਿੱਚ ਆਈਨਾਂ ਤੇ ਕਨਸਟੀਟਿਊਸ਼ਨ ਦੇ ਅੱਗੇ ਸਾਨੂੰ ਇਹ ਚੀਜ਼ਾਂ ਗਰੰਟੀ ਕੀਤੀਆਂ ਨੇ ਉਹਦੇ ਬਾਵਜੂਦ ਸਾਡੇ ਨਾਲ ਐਸੀ ਐਸੀ ਡਿਸਕ੍ਰਿਮੀਨੇਸ਼ਨ ਕਿਉਂ ਕੀਤੀਆਂ ਜਾਣਗੀਆਂ ਅਗਰ ਇਹ ਕੰਟੀਨਿਊ ਰਹੀਆਂ ਤਾਂ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਬੱਚਿਆਂ ਆਪਣੇ ਨੂੰ ਬੱਚਿਆਂ ਨੂੰ ਅਪੀਲ ਕਰਦਾ ਕਿ ਕਕਾਰਾਂ ਦੇ ਸਮੇਂ ਜਾਣਾ ਇਹ ਸੋਚ ਕੇ ਨਾ ਜਾਈਓ ਪੈਨੇ ਤਾਂ ਹਰਾਸਕਤਾ ਜਾਏਗਾ ਮੈਂ ਤੁਹਾਨੂੰ ਆਸ਼ਵਾਸਨ ਦਿੰਦਾ ਕਿ ਤੁਹਾਡੇ ਲਈ ਇਸ ਕੰਮ ਦੇ ਲਈ ਜਿੱਥੇ ਸਾਨੂੰ ਤਨਮਨ ਧੰਦਲੇ ਖੜੇ ਹੋਣ ਦੀ ਜ਼ਰੂਰਤ ਪਈ ਸਾਰੀ ਡੀਜੀਪੀਸੀ ਤੁਹਾਡੇ ਨਾਲ ਖੜੀ ਆ ਔਰ ਮੈਂ ਬਾਕੀ ਜੰਮੂ ਕਸ਼ਮੀਰ ਦੀ ਬਾਕੀ ਡੀਜੀਪੀਸੀ ਨੂੰ ਕਹਾਂਗਾ ਇਹ ਮੁੱਦਾ ਬੜਾ ਗੰਭੀਰ ਹੈ ਬੱਚੇ ਬੜੇ ਡਿਸਕਰੇਜ ਹੁੰਦੇ ਹਨ ਬਾਰ ਬਾਰ ਬੱਚਿਆਂ ਨੂੰ ਜਲਦੀ ਰੋਕਿਆ ਜਾਂਦਾ ਤੇ ਬੱਚੇ ਵੀ ਕਹਿੰਗੇ ਅਸੀਂ ਅੰਮ੍ਰਿਤਪਨ ਨਹੀਂ ਕਰਨਾ ਅਸੀਂ ਕਿਉਂ ਹਿਮੀਲੇਟ ਹੋਈਏ ਬਾਰ ਬਾਰ ਸਕੂਲਾਂ ਜਾ ਕੇ ਤੁਹਾਨੂੰ ਹੀ ਖੜੇ ਹੋਣਾ ਚਾਹੀਦਾ ਹੈ ਹਰ ਡੀਜੀਪੀਸੀ ਨੂੰ ਇਹ ਫਰਜ਼ ਚਾਹੀਦਾ ਹੈ ਕਿ ਜਿੱਥੇ ਜਿੱਥੇ ਉਹਦੇ ਇਲਾਕੇ ਦੇ ਵਿੱਚ ਅਸੀ ਕੋਈ ਪ੍ਰੋਬਲਮ ਆਂਦੀ ਹੈ ਜਾਓ ਉੱਥੇ ਸੈਂਟਰ ਤੇ ਧਰਨੇ ਲਗਾ ਦਿਓ ਪੀਸ ਇਕ ਬਣੀ ਚੈਨਲ ਵਾਲਿਆਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਜਿੱਥੇ ਸਾਡੀ ਸੂਰਤ ਪਈ ਅਸੀਂ ਫੌਰਨ ਉੱਥੇ ਪਹੁੰਚ ਜਾਗੇ ਆਪਣੇ ਬੱਚਿਆਂ ਦੇ ਨਾਲ ਬੇਇਨਸਾਫੀ ਨਹੀਂ ਹੋਣਦਿਆਂਗੇ ਔਰ ਇਹ ਕੱਲ ਦੋ ਸ਼ਿਫਟ ਦੇ ਇਗਜ਼ਾਮ ਹੋ ਰਹੇ ਨੇ ਇਹਦਾ ਟਾਈਮਿੰਗ 1:30 ਤੋਂ 9:30 ਤੋਂ 11:30 1:30 ਤੋਂ 3:30 ਹੈ ਜੀ ਔਰ ਮੈਨੂੰ ਸਮਝਦਾ ਐਗਜ਼ਾਮੀਨੇਸ਼ਨ ਸੈਂਟਰਸ ਉਹਨਾਂ ਨੇ ਜ਼ਰੂਰ ਨੋਇ ਕਿ 1 ਘੰਟਾ ਐਡਵਾਂਸ ਬੁਲਾਇਆ ਹੋਏਗਾ ਸਾਰੇ ਟਾਈਮ ਤੇ ਉੱਥੇ ਪਹੁੰਚ ਕੇ ਆਪਣੀ ਸਕਿੰਗ ਜੋ ਸਿਕਿਉਰਟੀ ਹੈ ਉੱਥੇ ਜੇ ਏਜੰਸੀਆਂ ਲੱਗੀਆਂ ਉਹਨਾਂ ਨਾਲ ਕਾਪਰੇਟ ਕਰੋਗੇ ਬਾਕੀ ਕਕਾਰਾਂ ਤੇ ਤੁਹਾਡੇ ਕੋਈ ਰੁਕੇਗਾ ਨਹੀਂ ਇਹ ਤੁਹਾਨੂੰ ਸੇ ਆਸ਼ਵਾਸਨ ਦਿੰਦੇ ਆ ਰੋਕੇਗਾ ਅਸੀਂ ਇੱਥੇ ਬੈਠੇ ਦਿਆਂ ਫੋਨ ਨੰਬਰ ਇੱਕ ਵਾਰੀ ਮੈਂ ਤੁਹਾਨੂੰ ਫਿਰ ਦੱਸ ਦਿੰਦਾ 700 644 538 ਅਗਰ ਤੁਹਾਨੂੰ ਕੋਈ ਪ੍ਰੋਬਲਮ ਲੱਗੇ ਤਾਂ ਡੀਜੀਪੀਸੀ ਅਸੀਂ ਇੱਥੇ ਬੈਠੀ ਆ ਸਾਰੀ ਡੀਜੀਪੀਸੀ ਜਿਤਨੇ ਵੀ ਮੈਂਬਰ ਸਾਡੇ ਨਾਲ ਖੜੇ ਆ ਤੁਹਾਡੇ ਨਾਲ ਖੜੇ ਆ ਤੁਹਾਡੇ ਪਿੱਠ ਪਿੱਛੇ ਕਿਤੇ ਵੀ ਕੋਈ ਨਜ਼ਾਇਜ਼ ਤੁਹਾਡਾ ਹੋਵੇਗਾ ਸਾਡੀ ਕਮਿਊਨਿਟੀ ਖੜੀ ਆ ਡੀਜੀਪੀਸੀ ਸਾਡੇ ਤੁਹਾਡੇ ਨਾਲ ਖੜੀ ਆ ਬਿਲਕੁਲ ਵੀਰ ਜੀ ਜਿਵੇਂ ਤੁਸੀਂ ਕਿਹਾ ਕਿ ਇਹ ਸਿਰਫ ਬੱਚਿਆਂ ਦਾ ਮਸਲਾ ਨਹੀਂ ਹੈ ਜਦੋਂ ਤੁਹਾਡੇ ਕਾਕਾਰਾਂ ਨੂੰ ਤੇ ਰੋਕ ਲਾਉਣੀ ਸਮਝ ਲਓ ਪੂਰੀ ਕੌਮ ਦਾ ਮਸਲਾ ਕਿਉਂਕਿ ਦੇਖਿਆ ਪਿਛਲੇ ਦਿਨੀ ਪੰਜਾਬ ਵਿੱਚ ਵੀ ਇਹ ਵੀਡੀਓ ਜਿਹੜੀ ਸਾਹਮਣੇ ਆਈ ਹੈ ਇੱਕ ਬੱਚਾ ਸਿੱਖ ਬੱਚਾ ਖੜਾ ਹੋਇਆ ਤੇ ਉਹਦਾ ਉਹਨੂੰ ਕੜਾ ਲਾਉਣ ਦੇ ਲਈ ਕਿਹਾ ਗਿਆ ਉੱਥੇ ਵੀ ਕਾਫੀ ਜ਼ਿਆਦਾ ਜਿਹੜੇ ਇਸ ਚੀਜ਼ ਨੂੰ ਲੈ ਕੇ ਵਿਰੋਧ ਕੀਤਾ ਵੀ ਗਿਆ ਉੱਥੇ ਮੈਂ ਲੇਖੋ ਮੈਂ ਹੈਰਾਨ ਹਾਂ ਬਰੇਲੀ ਯੂਪੀ ਦੇ ਵਿੱਚ ਬਰੇਲੀ ਵਿੱਚ ਵੀ ਉੱਥੇ ਸਕੂਲ ਦੇ ਵਿੱਚ ਸਰਦਾਰ ਕੇ ਸ ਕਾਫੀ ਸਾਲਾਂ ਤੋਂ ਪੜ ਰਿਹਾ ਈਸਵਰ ਨੂੰ ਕਹਤਾ ਗਾਇਓ ਤਾਂ ਕੋਈ ਪਗੜੀ ਪਾ ਕੇ ਸਕੂਲ ਨਹੀਂ ਆ ਸਕਦਾ ਬੜੀ ਹੈਰਾਨਗੀ ਦੀ ਗੱਲ ਹੁੰਦੀ ਹੈ ਵੀ ਕਿਉਂ ਸਿੱਖ ਨਵੇਂ ਤਾਂ ਨਹੀਂ ਆਏ ਸਿੱਖਾਂ ਨੂੰ ਵਾਪਸ ਹਿੰਦੁਸਤਾਨ ਦੇ ਵਿੱਚ ਕਿ ਆਪ ਫਾਰਮ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਇੱਕ ਕਾਰਾਂ ਨੂੰ تسلیم ਕੀਤਾ ਗਿਆ ਉੱਥੇ ਸਾਡੀ ਆਰਮੀ ਦੇ ਸਾਡੇ ਬੱਚੇ ਹਨ ਸਾਡੇ ਉੱਥੇ ਸਰਵਿਸਿਜ਼ ਕਰਦੇ ਹਨ ਕਕਾਰਾਂ ਸਮੇਤ ਕਰਦੇ ਹਨ ਦੁਮਾਲੇ ਬਣ ਕੇ ਜਾਂਦੇ ਹਨ ਗਾਤਰੇ ਪਾ ਕੇ ਜਾਂਦੇ ਨਹੀਂ ਰੁਕੇ ਜਾਂਦਾ ਸਾਡੇ ਹਿੰਦੁਸਤਾਨ ਦੇ ਵਿੱਚ ਸਾਨੂੰ ਇਹ ਰਿਅਲਾਈਜ਼ ਕਿਉਂ ਕਰਾਇਆ ਜਾ ਰਿਹਾ ਹੈ ਕਿ ਸਾਡਾ ਸੈਕੰਡ ਕਲਾਸ ਸਿਟੀਜ਼ਨ ਟਰੀਟ ਕਿਉਂ ਕੀਤਾ ਜਾ ਰਿਹਾ ਮੈਂ ਯੂਪੀ ਦੇ ਸਾਡੇ ਕਿਸਾਨ ਨੇਤਾ ਸਾਡੇ ਵੀਰ ਜੀ ਸਾਹਿਬ ਜੋ ਉੱਥੇ ਬੜਾ ਵੱਡਾ ਅੱਛਾ ਸੰਗਠਨ ਚਲਾਦੇ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਮੈਂ ਵੀਰ ਜੀ ਬਰੇਰੀ ਸਕੂਲ ਦੇ ਵਿੱਚ ਕੀ ਹੋਇਆ ਕਹਿੰਦੇ ਵੀਰ ਜੀ ਬਿਲਕ ਮਾ ਤੁਸੀਂ ਫਿਰ ਕਰਦੇ ਹੀ ਕਿਉਂ ਹੋ ਜੇ ਤੁਸੀਂ ਬਾਅਦ ਚ ਮਾਫੀ ਮੰਗਦੇ ਹੋ ਬਾਰ ਬਾਰ ਗੱਲ ਕਰਕੇ ਮਾਫੀ ਮੰਗੋਗੇ ਇਹ ਇੱਕ ਤਰੀਕੇ ਦੇ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਸੋ ਮੈਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਮੈਂ ਡੀਜੀਪੀ ਸਾਹਿਬ ਨੂੰ ਵੀ ਸਰ ਦਿਖਵਾਸ ਕਰਾਂਗਾ ਕਿ ਡੀਜੀਪੀ ਸਾਹਿਬ ਸਾਨੂੰ ਅਗਰ ਅਫਸੋਸ ਹੋਏਗਾ ਕਿ ਤੁਹਾਡੇ ਹੁੰਦੇ ਜੋ ਤੁਹਾਡਾ ਪਿਛੋਕੜ ਪੰਜਾਬ ਤੋਂ ਹੈ ਅਗਰ ਸਾਡੇ ਕਾਰਨ ਦੇ ਨਾਲ ਇਸ ਤਰ੍ਹਾਂ ਹੁੰਦਾ ਹੁੰਦਾ ਰਿਹਾ ਅਗਰ ਤੇ ਪਹਿਲੇ ਵੀ ਤੁਹਾਡੇ ਨਾਲੇ ਜੀ ਅਸੀਂ ਲਾਇਆ ਤੁਹਾਨੂੰ ਲੈਟਰ ਵੀ ਲਿਖੀ ਹੈ ਐਲਜੀ ਸਾਹਿਬ ਨੂੰ ਵੀ ਅਸੀਂ ਲੈਟਰ ਲਿਖੀ ਹੈ ਅਗਰ ਇਹਨਾਂ ਚੀਜ਼ਾਂ ਦੇ ਬਾਵਜੂਦ ਅਗਰ ਦੁਬਾਰਾ ਅਸੀਂ ਕੋਈ ਇੱਕ ਐਸੀਆਂ ਗੱਲਾਂ ਹੋਣਗੀਆਂ ਫਿਰ ਸਾਨੂੰ ਕਿੰਨਾ ਕਿਤੇ ਕਿਉਂਕਿ ਜੰਮੂ ਕਸ਼ਮੀਰ ਦੇ ਤੁਸੀਂ ਪੰਜਾਬੀ ਬੈਕਗ੍ਰਾਉਂਡ ਦੇ ਵਿੱਚੋਂ ਸਿੱਖ ਫੈਮਿਲੀ ਦੇ ਵਿੱਚੋਂ ਤੁਹਾਨੂੰ ਵੀ ਸਾਰੇ ਟਿਨੇਂਟ ਸਾਡਾ ਸਾਡੇ ਰਿਲੀਜੀਅਸ ਸਾਈਟ ਦੇ ਬਾਰੇ ਪਤਾ ਹੈ ਅਸੀਂ ਵੀ ਨਹੀਂ ਕਹਿੰਦੇ ਵੀ ਤੁਸੀਂ ਐਜ਼ ਅ ਸਿੱਖੋ ਸਾਨੂੰ ਕਿ ਐਕਸਟਰਾ ਰਾਈਟਸ ਚਾਹੀਦਨ ਨਹੀਂ ਜੋ ਸਾਨੂੰ ਕਨਸਟੀਟਿਊਸ਼ਨ ਦੇ ਵਿੱਚ ਸਾਨੂੰ ਗਾਰੰਟੀ ਦਿੱਤੀ ਗਈ ਹੈ ਕਮ ਸਕਾ ਉਹਦੀ ਇੰਪਲੀਮੈਂਟੇਸ਼ਨ ਤੇ ਹੋਣੀ ਚਾਹੀਦੀ ਹੈ ਨਾ ਜੋ ਬੰਦੇ ਹਾਕਮ ਸਾਡੇ ਕਨਸਟੀਟਿਊਸ਼ਨ ਸਾਨੂੰ ਇਹ ਲੋ ਕਰਦਾ ਜੋ ਸਾਡੇ ਰਿਲੀਜੀਅਸ ਸਾਈਟਸ ਉਨ ਨੂੰ ਡਿਨਾਈ ਕਿਉਂ ਕੀਤਾ ਜਾਏਗਾ ਸੋ ਇਹ ਚੀਜ਼ਾਂ ਦਾ ਧਿਆਨ ਨਾ ਦਿੱਖਿਆ ਜਾਏ ਕਿਉਂਕਿ ਬੱਚੇ ਕਿਦਾਂ ਇੱਕ ਦੇ ਸਫਰ ਕਰਦੇ ਹਨ ਹਰਾਸ ਹੁੰਦੇ ਹਨ ਹਿਊਮਿਲੇਸ਼ਨ ਫੀਲ ਕਰਦੇ ਹਨ ਫਿਰ ਆ ਕੇ ਘਰ ਆਪਣੇ ਮਾਪੇ ਨੂੰ ਕਹਿੰਦੇ ਨੇ ਡਾਡੀ ਮੈਂ ਅੰਮ੍ਰਿਤ ਪਾਨ ਨਹੀਂ ਕਰਨਾ ਮੇਰੇ ਸਾਰੇ ਬੱਚਿਆਂ ਨੂੰ ਅੰਦਰ ਜਾਣ ਦਿੱਤਾ ਗਿਆ ਮਨੂ ਰੋਕ ਦਿੱਤਾ ਗਿਆ ਇਸ ਕਰਕੇ ਕਿ ਮੈਂ ਸੇਖਾਂ ਮੈਂ ਇੱਕ ਅੰਮ੍ਰਿਤਧਾਰੀ ਹਾਂ ਮਨੂ ਰੋਕ ਦਿੱਤਾ ਜਾਂਦਾ ਮੈਂ ਹਿਊਮਿਲੇਸ਼ਨ ਫੀਲ ਕਰਦਾ ਮੈਂ ਅੰਮ੍ਰਿਤ ਨਹੀਂ ਪਾਨ ਕਰਨਾ ਤੇ ਸਰਕਾਰ ਦੀ ਮਨਛਾਹ ਸੀ ਜੋ ਉਹ ਮੈਂ ਸਮਝਦਾ ਫਿਰ ਪੂਰੀ ਹੁੰਦੀ ਹੈ ਇਸ ਕਰਕੇ ਆਓ ਸਾਰੇ ਕਮਿਊਨਿਟੀ ਨੂੰ ਮੈਂ ਅਪੀਲ ਕਰਦਾ ਖਾਲੀ ਨੌਜਵਾਨਾਂ ਨੂੰ ਨਹੀਂ ਬਾਕੀ ਨੂੰ ਵੀ ਅਪੀ ਬੱਚਿਆਂ ਨੂੰ ਇਹ ਨਾ ਲੱਗੇ ਕਿ ਸਾਡੀ ਕੌਮ ਸਾਡੇ ਪਿੱਛੇ ਨਹੀਂ ਹੈ ਅਸੀਂ ਕੱਲ ਨੂੰ ਬੱਚਿਆਂ ਨੂੰ ਨਹੀਂ ਕਹਿ ਸਕਦੇ ਤੁਸੀਂ ਗੁਰੂ ਵਾਲੇ ਬਣੋ ਤੁਸੀਂ ਅੰਮ੍ਰਿਤ ਪਾਨ ਕਰੋ ਇਹ ਤਦੇ ਕਹਿ ਸਕਦੇ ਹਾਂ ਜੇ ਅਸੀਂ ਉਹਨਾਂ ਦੇ ਉਹਨਾਂ ਦੇ ਕਕਾਰਾਂ ਦੀ ਰੱਖਿਆ ਦੇ ਲਈ ਉਹਨਾਂ ਨੇ ਪਿੱਛੇ ਖੜੇ ਹਾਂ ਉਹਨਾਂ ਦੀ ਕਿਤੇ ਹਿਊਮਿਲੇਸ਼ਨ ਨਾ ਹੋਏ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਸੋ ਇਹ ਅਪੀਲ ਕਰਕੇ ਤੁਹਾਡੇ ਚੈਨਲ ਦਾ ਰਾਈ ਰਮਨ ਜੀ ਤੁਹਾਡਾ ਇੱਕ ਮੈਂ ਇਸ ਕਰਕੇ ਫਿਰ ਸ਼ੁਕਰੀਆ ਕਰਦਾ ਤੁਹਾਡੇ ਇਸ ਚੈਨਲ ਦਾ ਤੁਹਾਡੇ ਪੂਰੇ ਜਕੇ ਚੈਨਲ ਲੈਟ ਮੀਡੀਆ ਨੈਟਵਰਕ ਦਾ ਕਿ ਤੁਸੀਂ ਇਸ ਚੈਨਲ ਦਾ ਰਾਈ ਜੋ ਸਾਡੇ ਸਿੱਖ ਮੁੱਦੇ ਹਨ ਕੋਈ ਐਸਾ ਮੁੱਦਾ ਨਹੀਂ ਜਿਹੜਾ ਤੁਸੀਂ ਛੱਡਦੇ ਨਹੀਂ ਔਰ ਸੰਗ ਸਮੇਂ-ਸਮੇਂ ਤੇ ਸੰਗਤ ਅਕ ਹਰ ਮੁੱਦਾ ਪਹੁੰਚਾਉਂਦੇ ਹੋ ਸੋ ਐਸੀ ਚੀਜ਼ਾਂ ਜਾਣੀਆਂ ਚਾਹੀਦੀਆਂ ਓਏ ਅਪੀਲ ਮੇਂ ਸਮਝਣਾ ਸਾਰਿਆਂ ਤੱਕ ਜਾਏਗੀ ਕਾਫੀ ਵਿਅਰਸ਼ਿਪ ਹੈ ਤੁਹਾਡੀ ਲੋਕੀ ਦੇਖਣਗੇ ਔਰ ਮੈਸੇਜ ਜਾਏਗਾ ਕਿਉਂਕਿ ਉਸਨੇ ਜਦੋਂ ਅਸੀਂ ਲਾਈਵ ਚਲਾਇਆ ਉਹਦੇ ਲਾਈਵ ਚਲਦੇ ਹੀ ਸਾਨੂੰ ਫੋਰਾਣੇ ਸ਼ੁਰੂ ਹੋ ਗਏ ਸੀ ਸੋ ਮੈਂ ਕਿਉਂਕਿ ਲੋਕਾਂ ਨੂੰ ਉਮੀਦ ਹੋ ਜਾਂਦੀ ਹੈ ਤੇ ਅਗਰ ਸਾਡੀਆਂ ਹੁਣ ਇਲੈਕਟਿਡ ਬਾਡੀ ਆਈ ਹੈ ਡੀਜੀਪੀਸੀ ਜਦੋਂ ਇਹ ਸਾਡੇ ਪਿੱਛੇ ਖੜੀਆਂ ਹਨ ਸਾਡੀ ਸਰਕਾਰ ਸਾਡੇ ਪਿੱਛੇ ਖੜੀ ਹੈ ਤਾਂ ਬੱਚਿਆਂ ਨੂੰ ਅਸੀਂ ਹਿਊਮਿਲੇਟ ਨਹੀਂ ਹੋਣ ਦਿਆਂਗੇ ਮੈਂ ਗਰੰਟੀ ਦਿੰਦਾ ਇਧਰ ਲਈ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਈ ਅਸੀਂ ਦੇਣ ਨੂੰ ਤਿਆਰ ਹਾਂ ਅਗਰ ਚੁਣ ਕੇ ਆਇਆ ਗੁਰੂ ਕਾਚੇ ਆਸ਼ਵਾਸਨ ਦੇ ਕੇ ਆਇ ਸੀ ਪਈ ਕੌਮ ਦੇ ਲਈ ਕੰਮ ਕਰਾਂਗੇ ਸੇਵਾ ਕਰਨ ਆਇਆ ਇਸ ਸੇਵਾ ਵਿੱਚ ਇਹ ਵੀ ਹੈ ਅਗਰ ਇਹਦੇ ਲਈ ਆਪਣੀ ਜਾਨ ਵੀ ਵਾਰਨੀ ਪਈ ਵਾਰ ਦਾਂਗੇ ਬੱਚਿਆਂ ਦੇ ਕਗਾਰਾਂ ਤੇ ਉਂਗਲ ਨਹੀਂ ਚੁਕੰਦਿਆਂਗੇ ਸਰਕਾਰਾਂ ਨੂੰ ਬਿਲਕੁਲ ਵੀ ਜੀ ਕਿਉਂਕਿ ਇੱਕ ਸਨਿਹਾਈ ਤੇ ਹੋਰ ਹੈ ਕਿ ਜਿਨ੍ਹਾਂ ਨੂੰ ਇੰਪੋਰਟੈਂਸ ਜਾਂ ਜਿਨ੍ਹਾਂ ਨੂੰ ਹਜੇ ਸਿੱਖਾਂ ਦੇ ਕਗਾਰਾਂ ਦੇ ਬਾਰੇ ਵਿੱਚ ਪਤਾ ਨਹੀਂ ਹੈਗਾ ਜਾਂ ਸਿੱਖ ਵਰਲਡਵਾਈਡ ਜਾ ਕੇ ਕਿੱਥੇ ਸਿੱਖ ਕੌਮ ਇਹ ਜ ਸੰਸਾਰ ਦਾ ਕਿਹੜਾ ਹਿੱਸਾ ਜਿੱਥੇ ਸਿੱਖ ਕੌਮ ਨਹੀਂ ਹੈ ਤਾਂ ਆਪਾਂ ਪਿਛਲੇ 2-3 ਦਿਨ ਪਹਿਲਾਂ ਦੇਖਿਆ ਕਿ ਵੀਰ ਜੀ ਸਿੱਖ ਕੌਮ ਆਪਣੇ ਆਪ ਦੇ ਵਿੱਚ ਇਸ ਸਮੇਂ ਇੰਟਰਨੈਸ਼ਨਲ ਇੱਕ ਬ੍ਰਾਂਡ ਦੇ ਤੌਰ ਤੇ ਬਰਬੇਰੀ ਜਿਹੜਾ ਇੱਕ ਬ੍ਰਾਂਡ ਆ ਉਹਦੇ ਵਿੱਚ ਤੁਸੀਂ ਦੇਖਿਆ ਛੋਟੇ ਸਰਦਾਰ ਬੱਚੇ ਨੂੰ ਸਿੱਖ ਬੱਚੇ ਨੂੰ ਉਹ ਕੀਤਾ ਗਿਆ ਮਾਡਲ ਲਿਆ ਗਿਆ ਬਰਬੇਰੀ ਇੱਕ ਇੰਟਰਨੈਸ਼ਨਲ ਬਹੁਤ ਵੱਡਾ ਬ੍ਰਾਂਡ ਹੈ ਤੇ ਜਦੋਂ ਇੰਨੇ ਨੇ ਵੱਡੇ ਬ੍ਰਾਂਡਾਂ ਨੂੰ ਪਤਾ ਕਿ ਸਿੱਖ ਕੀ ਨੇ ਇੱਕ ਕੋਰਟ ਦੇ ਵਿੱਚ ਮੈਂ ਕੰਟਰੀਆਂ ਨਾ ਭੁੱਲ ਗਿਆ ਕੋਰਟ ਦੇ ਵਿੱਚ ਜੱਜ ਨੇ ਜਦ ਕਿਸੇ ਚੋਰ ਨੂੰ ਤੇ ਪਕੜਿਆ ਉਹਨੇ ਖਾਣੇ ਦੀਆਂ ਚੀਜ਼ਾਂ ਚੁਰਾਈਆਂ ਸੀ ਜਦ ਉਸ ਨੂੰ ਕਿਹਾ ਵੀ ਤੂੰ ਚੋਰੀ ਕਿਉਂ ਕੀਤੀ ਉਹ ਕਹਿੰਦਾ ਮੈਨੂੰ ਭੁੱਖਾ ਸੀ ਉਹਨੇ ਉਸ ਟਾਈਮ ਇੱਕ ਰੈਫਰੈਂਸ ਦਿੱਤਾ ਵੀ ਅਗਰ ਤੈਨੂੰ ਅੱਜ ਤੇ ਬਾਅਦ ਕਿਤੇ ਭੁੱਖ ਲੱਗੇ ਕੋਈ ਸਿੱਖਾਂ ਦਾ ਸਿੱਖ ਟੈਂਪਲ ਦੇਖਿਆ ਕਰਦੇ ਉੱਥੇ ਜਾ ਕੇ ਖਾਣਾ ਖਾਇਆ ਕਰ ਬਸ ਸਿੱਖਾਂ ਦੀ ਕੰਟਰੀਬਿਊਸ਼ਨ ਨੂੰ ਸਿੱਖਾਂ ਦੀ ਚੀਜ਼ਾਂ ਮੈਂ ਕੰਮਕਾਜ ਨੂੰ ਵਰਲਡਵਾਈਡ ਰਿਕਗਨਿਸ਼ਨ ਮਿਲੀ ਹੈ ਕਕਾਲਾ ਨੂੰ ਰਿਕੋਗਨੀਸ਼ਨ ਮਿਲੀ ਹੈ ਪਰ ਅੱਜ ਬੜਾ ਅਫਸੋਸ ਹੁੰਦਾ ਕਿ ਅੱਜ ਦੇਸ਼ ਸਾਡਾ ਜਿਹੜਾ ਇਹ ਨਾਅਰਾ ਦਿੰਦਾ ਹੈ ਸਭ ਦਾ ਸਾਥ ਸਭ ਦਾ ਵਿਕਾਸ ਅੱਜ 2014 ਦੇ ਬਾਅਦ ਸਾਡੇ ਕਕਾਰਾਂ ਦੇ ਲੋਕਾਂ ਨੂੰ ਆਬਜੈਕਸ਼ਨ ਹੋਣੀ ਸ਼ੁਰੂ ਹੋ ਗਈ ਸਾਡੇ ਕਕਾਰਪਾਨ ਤੇ ਬੱਚਾ ਨੂੰ ਸਰਕਾਰ ਨੂੰ ਕੀ ਕੀ ਹੋਣ ਲੱਗ ਪਿਆ ਇਹ ਕਕਾਰ ਜੀ ਕਿਤਨਾ ਕਿਤੇ ਆਨ ਲੱਗਦਾ ਕਿ ਕੁਝ ਲੋਕ ਹੈ ਨਾ ਜਿਹੜਾ ਸਾਡਾ ਮਿਸਕਮਿਊਨੀਕੇਸ਼ਨ ਹੁੰਦਾ ਨਾ ਉਹਦੇ ਵਿੱਚ ਜਿਹੜੇ ਮੀਡੀਏਟਰ ਹੁੰਦੇ ਨੇ ਉਸ ਚੀਜ਼ ਦਾ ਫਾਇਦਾ ਲੈ ਜਾਂਦੇ ਨੇ ਕਿ ਕੁਝ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਹੁਣ ਮਾਹੌਲ ਐਸਾ ਬਣਿਆ ਹੋਇਆ ਉਸ ਮਾਹੌਲ ਦਾ ਫਾਇਦਾ ਲੈ ਲਿਆ ਜਾਵੇ ਸ਼ਾਇਦ ਇਹ ਵੀ ਕਿਤੇ ਨਾ ਕਿਤੇ ਇਹ ਗੱਲ ਹੈਗੀ ਆ ਹਨਾ ਦੇਖੋ ਕੋਸ਼ਿਸ਼ ਕਰਨੀ ਚਾਹੀਦੀ ਅਸੀਂ ਸਰਕਾਰ ਨੂੰ ਕਹਿੰਦੇ ਆ ਕਿ ਕੋਈ ਕਮਿਊਨਲ ਟੈਂਸ਼ਨ ਨਹੀਂ ਹੋਣੀ ਚਾਹੀਦੀ ਆਲਰੇਡੀ ਅੰਦੇਸ਼ ਦੇ ਵਿੱਚ ਮਾਹੌਲ ਬੜਾ ਖਰਾਬ ਹੁੰਦਾ ਜਾ ਰਿਹਾ ਹੈ ਕਮਿਊਨਲ ਟੈਂਸ਼ਨ ਨਹੀਂ ਹੋਣੀ ਚਾਹੀਦੀ ਕਮਿਊਨਲ ਕਲੈਸ਼ਸ ਨਹੀਂ ਹੋਣੇ ਚਾਹੀਦੇ ਸੋ ਇਨ੍ਹਾਂ ਚੀਜ਼ਾਂ ਨੂੰ ਜੋ ਸਰਕਾਰ ਦੇ ਨਾਲੇ ਜੇ ਅਸੀਂ ਸਾਨੂੰ ਫੋਰ ਇਗਜ਼ੈਂਪਲ ਜਿਸ ਚੀਜ਼ ਦੀ ਐਪਰੀਹੈਂਸ਼ਨ ਹੁੰਦੀ ਹੈ ਅਸੀਂ ਟਾਈਮਲੀ ਸਰਕਾਰ ਨੂੰ ਦੱਸ ਦਈਏ ਤਾਂ ਇਹ ਐਸੀ ਕਰਕੇ ਦੱਸ ਦਿਆਂ ਵੀ ਕੱਲ ਨੂੰ ਕੋਈ ਟਾਈਮਲੀ ਸਰਕਾਰ ਨੂੰ ਦੱਸਦੇ ਆਂ ਅਗਰ ਟਾਈਮਲੀ ਦੱਸਣ ਦੇ ਬਾਵਜੂਦ ਕੋਈ ਐਸੀਕਰ ਹੁੰਦੀ ਹੈ ਫਿਰ ਉਹਦੀ ਜ਼ਿੰਮੇਵਾਰੀ ਮਸਲਾ ਸਰਕਾਰ ਦੀ ਹੋਵੇਗੀ ਫਿਰ ਸਾਡੀ ਜ਼ਿੰਮੇਵਾਰੀ ਨਹੀਂ ਹੋਵੇਗੀ ਫਿਰ ਬੱਚਾਂ ਦੀ ਜ਼ਿੰਮੇਵਾਰੀ ਨਹੀਂ ਹੋਵੇਗੀ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਨੀੜ ਦੇ ਟਾਈਮ 'ਚ ਅਸੀਂ ਕਿਹਾ ਸੀ ਤੇ ਹੁਣ ਵੀ ਅਸੀਂ 2 ਦਿਨ ਪਹਿਲੇ ਹੀ ਅਸੀਂ ਕਹਿ ਦਿੱਤਾ ਤੇ ਅੱਜ ਵੀ ਅਗਰ ਸਰਕਾਰ ਇਹਨਾਂ ਗੱਲਾਂ ਗਲਤੀਆਂ ਕਰੇਗੀ ਫਿਰ ਰੱਖ ਮੈਂ ਅਜਾਗਰ ਸਰਕਾਰ ਖੁਦ ਹੀ ਪਹੁੰਚੇਗੀ ਫਿਰ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਹੱਤੋਂ ਛੜੇ ਕਿਉਂਕਿ ਅਸੀਂ ਆਪਣੀ ਜ਼ਿੰਮੇਵਾਰੀ ਦਾ ਨਿਰਵਾਹ ਕਰ ਛੜਿਆ ਐਜ਼ ਅ ਪੀਸਫੁਲ ਸਿਟੀਜ਼ਨ ਐਜ਼ ਅ ਲਾਅ ਬਾਇਡਿੰਗ ਅਸਾ ਆਪਣਾ ਕੰਮ ਆਪਣੀ ਡਿਊਟੀ ਸਮਝ ਕੇ ਸਰਕਾਰ ਨੂੰ ਆਗਾ ਕਰਤਾ ਪਰ ਸਾਡੇ ਬੱਚਿਆਂ ਨਾਲ ਇਸ ਕੰਪੀਟੀਟਰ ਇਗਜ਼ਾਮ ਦੇ ਵਿੱਚ ਐਸਾ ਨਹੀਂ ਹੋਣਾ ਚਾਹੀਦਾ ਉਮੀਦ ਹੈ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਦਾ ਜੋ ਬੀਹੇਵੀਅਰ ਸੀ ਬੜੇ ਅੱਛੇ ਤਰੀਕੇ ਨਾਲ ਕੰਟਰੋਲ ਸਾਹਿਬ ਨਾਲ ਗੱਲ ਕੀਤੀ ਔਰ ਦੂਸਰੇ ਜੋ ਮੈਂਬਰਸ ਨੂੰ ਪੀਐਸਸੀ ਦੇ ਬੜੇ ਅੱਛੇ ਤਰੀਕੇ ਨਾਲ ਗੱਲਬਾਤ ਕੀਤੀ ਉਮੀਦ ਹੈ ਅਸੀ ਗੱਲ ਉਮੀਦ ਕਰਦਾ ਗੁਰਮਾਰਾ ਜੀ ਕਰੇ ਐਸੀ ਗੱਲ ਨਾ ਹੋਵੇ ਕਿਸੇ ਵੀ ਕਨਫਰਨਟੇਸ਼ਨ 'ਚ ਨਾ ਪਈਏ ਹਾਲਾਤ ਅੱਛੇ ਬਣ ਰਹੇ ਨੇ ਅੱਛਾ ਮਾਹੌਲ ਬਣਿਆ ਰਹੇ ਪੀਸਫੁਲ ਤਰੀਕੇ ਨਾਲ ਰਹੀਏ ਪੀਸਫੁਲ ਤਰੀਕੇ ਨਾਲ ਕੰਮ ਕਰੀਏ ਤਾਂ ਇਤਨੀ ਸਾਡੇ ਲਈ ਜੀ ਬਿਲਕੁਲ ਜੀ ਹੁਣ ਜਿਸ ਤਰ੍ਹਾਂ ਦੇ ਨਾਲ ਤੁਸੀਂ ਇਹਨਾਂ ਮਸਲਿਆਂ ਨੂੰ ਲੈ ਕੇ ਆਪਦਾ ਫਰਜ ਸ਼ੁਰੂ ਤੋਂ ਨਿਭਾਉਂਦੇ ਆ ਰਹੇ ਹੋ ਅਖੀਰਲਾ ਮੇਰਾ ਸਵਾਲ ਇਹ ਹੋਵੇਗਾ ਡਿਸਟ੍ਰਿਕਟ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਮੀਤ ਪ੍ਰਧਾਨ ਦੇ ਵਜੋਂ ਤੁਸੀਂ ਚੁਣ ਕੇ ਆਏ ਹੋ요 ਤਾਂ ਤੁਸੀਂ ਬਾਕੀ ਦੀ ਸਾਰੇ ਮੈਂਬਰਾਂ ਜਿਹੜੇ ਨੇ ਉਹਨਾਂ ਨੂੰ ਅਪੀਲ ਕੀਤੀ ਕਿ ਤੁਸੀਂ ਆਪਦੇ ਆਪਦੇ ਏਰੀਆਜ਼ ਦੇ ਵਿੱਚ ਧਿਆਨ ਜ਼ਰੂਰ ਦਿਓ ਤੇ ਉੱਥੇ ਹੀ ਤੁਹਾਡੇ ਕੁਝ ਫਰਜ਼ ਐਸੇ ਵੀ ਨੇ ਜਿਹੜੇ ਤੁਸੀਂ ਜਦੋਂ ਡਿਸਟ੍ਰਿਕਟ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਲਈ ਸੇਵਾ ਦੇ ਲਈ ਤੁਸੀਂ ਸੰਗਤ ਨੂੰ ਅਪੀਲ ਕੀਤੀ ਸੀ ਤੁਸੀਂ ਕੁਝ ਵਾਅਦੇ ਕੀਤੇ ਸੀਗੇ ਉਹਦੇ ਵਿੱਚ ਮੈਨੂੰ ਸ਼ਾਰਟ ਦੇ ਵਿੱਚ ਆਪਾਂ ਛੋਟਾ ਜਿਹਾ ਹੀ ਅ ਕਿਉਂਕਿ ਇਹ ਜਿਹੜੇ ਨੇ ਇਹ ਤੁਸੀਂ ਇਹਨਾਂ ਮਸਲਿਆਂ ਤੇ ਸ਼ੁਰੂ ਤੋਂ ਬੋਲਦੇ ਆ ਰਹੇ ਹੋ ਇਸ ਸਮੇਂ ਤੁਹਾਡੇ ਉਹ ਦੂਸਰੇ ਮਸਲਿਆਂ ਨੂੰ ਲੈ ਕੇ ਸਿੱਖਾਂ ਦੇ ਮਸਲੇ ਜਿਹੜੇ ਤੁਸੀਂ ਬਹੁਤ ਸਾਰੇ ਵਾਅਦੇ ਕੀਤੇ ਸੀਗੇ ਸਾਡੇ ਕੀਰਤਨੀ ਸਾਹਿਬਾਨ ਗਰੰਥੀ ਸਾਹਿਬਾਨ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀ ਉਹ ਵਾਅਦੇ ਤੁਸੀਂ ਪੂਰੇ ਕਰਦੇ ਆ ਰਹੇ ਹੋ ਜਾਂ ਹੁਣ ਹੋਣੇ ਸ਼ੁਰੂ ਹੋਗੇ ਨਹੀਂ ਹੋਣਗੇ ਨਾ ਮੈਨੂੰ ਬਿਲਕੁਲ ਕਿਉਂਕਿ ਜਿਤਨੇ ਵੀ ਸਾਡੇ ਮੈਂਬਰ ਸਹਿਬਾਨ ਅਸੀਂ ਚੁਣ ਕੇ ਆਇਆ ਨਾ ਅਸੀਂ ਸਾਰੇ ਨੇ ਆਪਣੇ ਮੂਲੇਵਲ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਬੈਠ ਕੇ ਲੋਕਾਂ ਨਾਲ ਵਾਅਦੇ ਕੀਤੇ ਹਨ ਪਰ ਮੈਂ ਤੁਹਾਨੂੰ ਇੱਕ ਦੋ ਵਾਰ ਪਹਿਲੇ ਕਿਹਾ ਕਿ ਸਿਆਸੀ ਲੋਕਾਂ ਦੇ ਵਾਅਦੇ ਤੇ ਧਾਰਮਿਕ ਲੋਕਾਂ ਦੇ ਵਾਅਦਿਆਂ ਵਿੱਚ ਫਰਕ ਹੁੰਦਾ ਹੈ ਸਿਆਸੀ ਲੋਕਾਂ ਨੂੰ ਝੂਠ ਬੋਲਣਾ ਮਜਬੂਰੀ ਹੁੰਦੀ ਹੈ ਲੇਕਿਨ ਧਾਰਮਿਕ ਲੋਕਾਂ 'ਚ ਝੂਠ ਬੋਲ ਕੇ ਸਤਾ ਹਾਸਲ ਕਰਨੀ ਜਾਂ ਮੈਂਬਰ ਬੰਨਣਾ ਇਹ ਸਾਨੂੰ ਗੁਰਮਾਰ ਨੇ ਸਿਖਾਇਆ ਗੁਰੂ ਘਰ ਦੇ ਵਿੱਚ ਬੈਠ ਕੇ ਝੂਠ ਨਹੀਂ ਬੋਲਿਆ ਜਾਂਦਾ ਜੋਸੀਂ ਆਪਣੀ ਸੰਗਤ ਦੇ ਨਾਲ ਵਾਅਦਾ ਕਰਕੇ ਆਏ ਆ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਸਾਡੀ ਜ਼ਿਆਦਾਤਰ ਮੈਂਬਰਾਂ ਦੀ ਸਲਾਸੀ ਕੇ ਮੂਲ ਨਾਨਕ ਸ਼ਹਿਗਲੰਦਰ ਦੇ ਮੁਤਾਬਕ ਗੁਰਪੁਰ ਬਣਾਣਾ ਉਹ ਸੀ ਪਹਿਲਾ ਗੁਰਪੁਰ ਛੱਡੀ ਪਾਸ਼ਾ ਸਾਦਾ ਉੱਥੇ ਅਲੀਸਾ ਬਣਾਇਆ ਪਹਿਲੀ ਡਿ ਉਸ ਤੋਂ ਬਾਅਦ ਅਸੀਂ ਉਹ ਡਿਮਾਂਡਾਂ ਸਨ ਸਾਡੀਆਂ ਮੇਨ ਡਿਮਾਂਡਸ ਸੀ ਸਾਡੀ ਗੁਰੂ ਘਰ ਦੇ ਸੇਬ ਆਪਣੇ ਵਜ਼ੀਰਾਂ ਦੀ ਉਹਨਾਂ ਦੀ ਸੈਲਰੀ ਦੇ ਬਾਰੇ ਸੋਚਣਾ ਉਹਨਾਂ ਦੀ ਅਕਮੋਡੇਸ਼ਨ ਦੇ ਬਾਰੇ ਸੋਚਣਾ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਬਾਰੇ ਸੋਚਣਾ ਉਹਨਾਂ ਦੀ ਹੈਲਥ ਦੇ ਬਾਰੇ ਸੋਚਣਾ ਤੇ ਉਹਦੇ ਬਾਅਦ ਸਾਡੀ ਇੱਕ ਅਸੀਂ ਵੈਬਸਾਈਟ ਦੀ ਗੱਲ ਕੀਤੀ ਸੀ ਪਰ ਮੈਂ ਇੱਕ ਗੱਲ ਤੋਂ ਪਹਿਲਾਂ ਹੀ ਕੀਤੀ ਹੈ ਦੂਜੀ ਅੱਜ ਅਸੀਂ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਉਧਰ ਵਿੱਚ ਅਸੀਂ ਖੁਲਾਸਾ ਕਰਾਂਗੇ ਇੱਕ ਆਪਣੇ ਇੱਕ ਤੋਹਫਾ ਅਸੀਂ ਹੋਰ ਆਪਣੇ ਮਲਾਜ਼ਮਾਂ ਨੂੰ ਦੇਣ ਜਾ ਰਹੇ ਹਾਂ ਬਾਕੀ ਦਿਲ ਤੇ ਸਾਡਾ ਕਰਦਾ ਕਿ ਅਸੀਂ ਬਹੁਤ ਕੁਝ ਦੇਈਏ لیکن جت تک لیمٹ ਸਾਡੀ بجٹ بڑی لمیٹڈ جی ہے اسی ریونیو ਨੂੰ ਵਧਾਉਣ ਦੀ ਕੋਸ਼ਿਸ਼ ਕਰਾਂਗੇ ਤੇ ਵੱਧ ਤੋਂ ਵੱਧ ਜਿੰਨੀ ਕੋਸ਼ਿਸ਼ ਕਰਾਂਗੇ ਜੋ ਸਾ ਆ ਵਾਅਦੇ ਕਿਤੇ ਨੇ ਉਹ ਪੂਰਾ ਕਰੀਏ ਤੇ ਨਾਲ ਦੇ ਨਾਲ ਅਸੀਂ ਜ਼ਿਆਦਾ ਦੇਣਾ ਚਾਹੁੰਦੇ ਸੀ ਤੇ ਲੇਕਿਨ ਸਾਡੀ ਬਜਟ ਦੇ ਕੁਝ ਕੰਪਲਸ਼ਨਸ ਹਨ ਬਜਟ ਸਾਡੇ ਕੋਲ ਘਟਾ ਹੈ ریونیو ਘਟਾ ਹੈ ਤੇ ਫਿਰ ਵੀ ਅਸੀਂ ਇੱਕ ਅੱਛਾ ਡਿਗਨੀਫਾਈਡ ਤਰੀਕੇ ਨਾਲ ਅਸੀਂ ਉਹਨਾਂ ਨੂੰ ਕੋਈ ਨਾ ਕੋਈ ਗਿਫਟ ਸਾਡੇ ਪ੍ਰਧਾਨ ਸਾਹਿਬ ਉਥੇ ਅਨਾਉਂਸ ਕਰਨਗੇ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਪਉਨੋ 3 ਵਜੇ ਉਥੇ ਅਨਾਉਂਸ ਕਰਾਂਗੇ ਇੱਕ ਇੱਕ ਗਿਫਟ ਅਸੀਂ ਅੱਜ ਦੇਾਂਗੇ ਇੱਕ ਗਿਫਟ ਅਸੀਂ ਬਹੁਤ ਜਲਦੀ ਹੋਰ ਜਿਹੜਾ ਅਸੀਂ ESIS ਇੰਸ਼ੋਰੈਂਸ ਉਹ ਵੀ ਸਾਡਾ ਪ੍ਰੋਜੈਕਟ ਚੱਲਦਾ ਪਿਆ ਹੈ ਉਸ ਤੇ ਵੀ ਅਸੀਂ ਗੱਲ ਕਰਕੇ ਪਰ ਇੱਕ ਦੋ ਮਹੀਨੇ ਦੇ ਅੰਦਰ ਅੰਦਰ ਅਸੀਂ ਉਹ ਵੀ ਆਪਣੇ ਸਾਰੇ ਇਹਨਾਂ ਜੋ ਸਾਡੇ ਮੁਲਾਜ਼ਮ ਡੀਜੀਪੀਸੀ ਦੇ ਇਹਨਾਂ ਨੂੰ ਉਹ ਵੀ ਇੱਕ ਤੋਹਫਾ ਦੇਵਾਂਗੇ ਤਾਂ ਕਿ ਇਹਨਾਂ ਨੂੰ ਲੱਗੇ ਕਿ ਜਿਸ ਕਮੇਟੀ ਨੇ بڑے ਵਾਅਦੇ ਕੀਤੇ ਸਨ ਸਾਡੇ ਨਾਲ ਸਾਰੇ ਮੈਂਬਰਾਂ ਨੇ ਅਗਰ ਪ੍ਰਧਾਨ ਸਾਹਿਬ ਅਰਸਪੁਰੇ ਲੜ ਰਹੇ ਸੀ ਇਹ ਵਾਅਦਾ ਉਹਨਾਂ ਨੇ ਵੀ ਕੀਤਾ ਸੀ ਸੁਰਜੀਤ ਵੀਰ ਜੀ ਲੜ ਰਹੇ ਸੀ ਉਹਨਾਂ ਨੇ ਵੀ ਕੀਤਾ ਸੀ ਗੁਰਮੀਤ ਸਿੰਘ ਜੀ ਉਹਨਾਂ ਨੇ ਵੀ ਕੀਤਾ ਸੀ ਹਰਜੀਤ ਸਿੰਘ ਮਾੜ ਤੋਂ ਉਹਨਾਂ ਨੇ ਵੀ ਕੀਤਾ ਸੀ ਰਣਵੀਰ ਵੀਰ ਉਹਨਾਂ ਨੇ ਵੀ ਬਸ ਸਾਰਿਆਂ ਨੇ ਆਪਣੇ ਲੈਵਲ ਤੇ ਇਹ ਗੱਲਾਂ ਸਾਂ ਕੀਤੀਆਂ ਸਨ ਔਰ ਇਹ ਸਾਡਾ ਇੱਕ ਕੰਸੈਂਸਸ ਬਣਿਆ ਹੋਇਆ ਹੈ ਸਾਡੇ ਡੀਜੀਪੀਸੀ ਦੇ ਮੈਂਬਰਾਂ ਦੇ ਵਿੱਚ ਕੋਈ ਵੀ ਕਿਸੇ ਕਿਸ ਨੂੰ ਦਾ ਕੋਈ ਐਸੇ ਵਾਦ-ਵਿਵਾਦ ਜਾਂ ਡਿਫਰੈਂਸਸ ਨਹੀਂ ਹਨ ਜਿਹੜੀ ਗੱਲ ਅਸੀਂ ਇਸ ਤੇ ਰੱਖੀ ਹੈ ਸਾਰੇ ਇੱਕ ਦੂਜੇ ਨੂੰ ਬੜੇ ਪਿਆਰ ਨਾਲ ਮੰਨਿਏ ਬਾਕੀ ਇਹ ਗੱਲਾਂ ਪ੍ਰਾਇਓਰਟੀ ਤੇ ਹੋਣੀਆਂ ਚਾਹੀਦੀਆਂ ਹੁਣ ਅਸੀਂ ਸਕੂਲ ਦੀ ਗੱਲ ਕੀਤੀ ਹੈ ਇਹ ਵੀ ਆਪਣੇ ਕਮੇਟੀ ਦੀ ਗੱਲ ਕੀਤੀਆਂ ਦਾ ਵੀ ਜੀ ਠੀਕ ਹੈ ਤੁਸੀਂ ਉਪਰਾਲਾ ਕਰਦੇ ਹੋ ਕਰਦੇ ਰੋ ਅਸੀਂ ਤੁਹਾਡੇ ਬਿਲਕੁਲ ਨਾਲ ਖੜੇ ਹਾਂ ਸ਼ਾਨਾ-ਮਸ਼ਾਨਾ ਤੁਹਾਡੇ ਨਾਲ ਖੜੇ ਹਾਂ ਕਿਸੇ ਐਸੇ ਕਿਸੇ ਵੀ ਮੁੱਦੇ ਤੇ ਜਿੱਥੇ ਵੀ ਜ਼ਰੂਰਤ ਪੈਂਦੀ ਹੈ ਸਾਰੇ ਮੁੱਦੇ ਚੁੱਕੋ ਤੇ ਤੁਸੀਂ ਕਰਦੇ ਹੋ ਅੱਗੇ ਵੀ ਬੋਲਦੇ ਆਇਓ ਬੋਲੋ ਅਸੀਂ ਬਿਲਕੁਲ ਤੁਹਾਡੇ ਨਾਲ ਹਰ ਮੁੱਦੇ ਤੇ ਸਹਿਮ ਔਰ ਸੰਗਤ ਨੂੰ ਆਸ਼ਵਾਸਨ ਦਿੰਨੇ ਆ ਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਸਾਡੇ ਤੋਂ ਉਮੀਦਾਂ ਹਨ ਵੀ ਜੇ ਕੋ ਹੋਰ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਸਟੈਚੂ ਲਗਾ ਉਹ ਵੀ ਅਸੀਂ ਆ ਅਸੀਂ ਦੋ ਦੋ ਦਿਨ ਪਹਿਲੇ ਅਸੀਂ ਮੇਅਰ ਨੂੰ ਬੁਲਾ ਕੇ ਇੱਕ ਉਹ ਵੀ ਗੱਲ ਕੀਤੀ ਹੈ ਤੇ ਬਹੁਤ ਜਲਦੀ ਤੁਹਾਨੂੰ ਆਬਵੀਅਸੀ ਤੋਹਫਾ ਦੇਵਾਂਗੇ ਕਿ ਕੰਜਵਾਨੀ ਚੌਕ ਦੇ ਵਿੱਚ ਜੇਕਰ ਕੁਝ ਕੰਪਲਸ਼ਨਸ ਆndੀਆਂ ਹੈ ਕਿ ਹਾਈਵੇ 30 ਨਾਲ ਇਸ ਗੱਲ ਚੱਲ ਰਹੀ ਹੈ ਅਗਰ ਉਹਨਾਂ ਦੀ ਕੋਈ ਐਸੀ ਪਾਲਸੀ ਨਹੀਂ ਹੈ ਭਾਈ ਹਾਈਵੇ ਦੇ ਉੱਪਰ ਨਹੀਂ ਹੋ ਸਕਦਾ ਅਸੀਂ ਜੰਮੂ ਦੇ ਕਿਸੇ ਹੋਰ ਬੜੇ ਇੱਕ ਅੱਛੇ ਚੌਕ ਦੇ ਵਿੱਚ ਕਰਕੇ ਬੰਦਾ ਸਿੰਘ ਬਹਾਦਰ ਜੀ ਦਾ ਸਟੈਚੂ ਇੰਸਟਾਲ ਕਰਾਂਗੇ ਬਹੁਤ ਜਲਦੀ ਹੀ ਕਿਉਂਕਿ ਕਨਵਰਟੇਸ਼ਨ ਜਲਦ ਕਰ ਦਾਂਗੇ ਅੱਗੇ ਤੁਹਾਨੂੰ 7-8 ਸਾਲ ਹੋ ਗਏ ਪਏ ਜਾਂ ਉਹਨਾਂ ਅਗਰ ਹਾਈਵੇ ਕਿ ਪਾਲਸੀ ਹੈ ਅਗਰ ਤਾਂ ਹੀ ਪਾਲਸੀ ਹੈ ਨਹੀਂ ਹੈ ਤੇ ਕਨਵਰਟ ਕਰਾਂਗੇ ਭਈ ਅਗਰ ਬਾਕੀ ਜਗ੍ਹਾ ਕਿਤੇ ਆਰਟੀ ਲਗਾ ਕੇ ਰੂਟ ਡਾਟਾ ਲਾਵਾਂਗਾ ਅਗਰ ਹਾਈਵੇ ਦੇ ਕਿਤੇ ਹੋਰ ਕੋਈ ਸਟੈਚੂ ਲੱਗਿਆ ਸਾਡਾ ਨਹੀਂ ਲੱਗਣ ਦਿੰਦਾ ਫਿਰ ਤੋਂ ਲਈ ਅਸੀਂ ਕਨਵਰਟੇਸ਼ਨ ਕਰਾਂਗੇ ਅਗਰ ਹਾਈ ਉਹਨਾਂ ਦੀ ਪਾਲਸੀ ਹੈ ਭਈ ਕਿਤੇ ਵੀ ਹਾਈਵੇ ਦੇ ਉੱਪਰ ਕੋਈ ਸਟੈਚੂ ਨਹੀਂ ਹੈ ਤੇ ਫਿਰ ਅਸੀਂ ਕਨਵਰਟੇਸ਼ਨ ਨਹੀਂ ਕਰਾਂਗੇ ਫਿਰ ਅਸੀਂ ਐਮਈਕੇ ਐਪਲੀ ਕਿਸੇ ਅੱਛੀ ਉਹ ਸਾਨੂੰ ਮੇਰ ਨੇ ਵੀ ਕਿਹਾ ਸਾਨੂੰ ਬਾਕੀ ਨੇ ਵੀ ਕਿਹਾ ਤੁਸੀਂ ਕਰੋ ਅਸੀਂ ਤੁਹਾਡਾ ਉਹ ਸਟੈਚੂ ਲਗਾਉਣ ਨੂੰ ਤਿਆਰ ਆ ਤਾਂ ਡੈਫੀਨਿਟਲੀ ਉਹ ਤੋਹਫਾ ਵੀ ਅਸੀਂ ਆਪਣੇ ਲੋਕਾਂ ਨੂੰ ਜੋ ਅਸੀਂ ਵਾਅਦਾ ਕੀਤਾ ਉਹ ਵੀ ਦੇਵਾਂਗੇ ਤੇ ਜ਼ਰੂਰ ਸਰਕਾਰ ਦੇ ਨਾਲ ਅਸੀਂ ਪੂਰਾ ਕੋਰਪੋਰੇਟ ਕੋਆਰਡੀਨੇਸ਼ਨ ਨਾਲ ਚੱਲਣਾ ਚਾਹੁੰਦੇ ਆ ਕਿਉਂਕਿ ਸਰਕਾਰਾਂ ਦੇ ਕੋਲੋਂ ਹੀ ਅਸਾਂ ਕੰਮ ਕਰਾਉਣੇ ਤਾਂ ਲੇਕਿਨ ਨਾਲਾਂ ਸਰਕਾਰਾਂ ਨੂੰ ਕਿਸੇ ਜਿ ਕਿਸੇ ਵੱਲੇ ਟੜਾ ਹਲੋਣਾ ਵੀ ਦੇਣਾ ਪੈਂਦਾ ਪਰ ਨਹੀਂ ਜਿਸ ਤਰ੍ਹਾਂ ਅਸੀਂ ਪਿੱਛੇ ਵੀ ਦਿੱਤਾ ਪਰ 12 ਡੈਪੂਟੀਸ਼ਨ ਅਗਰ ਐਲਜੀ ਸਾਹਿਬ ਨੂੰ ਮਿਲੇ ਤੇ ਐਲਜੀ ਸਾਹਿਬ ਬੜਾ ਅਫਸੋਸ ਹੈ 12 ਦੇ ਵਿੱਚੋਂ ਤੁਸੀਂ ਕਿਸੇ ਇੱਕ ਦਾ ਵੀ ਇੱਕ ਮਸਲਾ ਨਹੀਂ ਹੱਲ ਕੀਤਾ ਦੋ ਸਾਲਾਂ ਦੇ ਵਿੱਚ ਆਖਰ ਕਿੰਨਾ ਕੁ ਟਾਈਮ ਲਓਗੇ ਕਿੰਨਾ ਕੁ ਸਾਡੀ ਪੇਸ਼ੈਂਸਾਂ ਤੁਸੀਂ ਇਮਤਿਹਾਨ ਲਓਗੇ ਅਸੀਂ ਆਪਣੇ ਲੋਕਾਂ ਨੂੰ ਜਵਾਬ ਦੇਣਾ ਹੈ ਸੋ ਅਗਰ ਲੋਕਾਂ ਨੂੰ ਸੰਗਤ ਨੂੰ ਇਹ ਕਹਿਣਾ ਚਾਹਨਾ ਕਿ ਅਗਰ ਕੱਲ ਨੂੰ ਸਾਨੂੰ ਸਰਕਾਰ ਗੱਲ ਨਹੀਂ ਮੰਦੀ ਤੇ ਅਸੀਂ ਵੀ ਅੜ ਤਾਂ ਸਕਦੇ ਹਾਂ ਸਰਕਾਰ ਨਾਲ ਜੇ ਸੰਗਤ ਸਾਡੇ ਪਿੱਛੇ ਖੜੀ ਹੈ ਅੱਜ ਅਗਰ ਅਸੀਂ ਸੰਗਤ ਨੂੰ ਆਵਾਜ਼ ਮਾਰੀਏ ਭਈ ਅਸੀਂ ਇਸ ਪੰਜਾਬੀ ਦੇ ਇਸ਼ੂ ਦੇ ਇਕੱਠੇ ਹੋਣਾ ਤੇ ਸਾਡੇ ਪਿੱਛੇ ਅਸੀਂ ਸੰਗਤ ਦੇ ਸਿਰ ਤੇ ਹੀ ਲੜਦੇ ਆਂ ਤੇ ਇਸ ਕਰਕੇ ਸੰਗਤ ਨੂੰ ਵੀ ਅਪੀਲ ਕਰਦੇ ਆਂ ਬਾਕੀ ਗੱਲ ਇੱਕ ਹੋਰ ਬੜੀ ਵੱਡੀ ਗੱਲ ਸੀ ਮਾਂ ਬੋਲੀ ਪੰਜਾਬੀ ਦੇ ਕਰਕੇ ਪੰਜਾਬੀ ਦੀ ਜਿੱਦ ਨਾਲ ਗੱਲ ਆ ਉਹ ਰਾਸਤ ਤੇ ਹੱਥ ਦੇ ਵਿੱਚ ਨਹੀਂ ਹੈ ਐਲਜੀ ਸਾਹਿਬ ਦੀ ਪ੍ਰਰੋਗੇਟਿਵ ਵਿੱਚ ਨਹੀਂ ਆਂਦਾ ਕਿਉਂਕਿ ਉਹ ਪਾਰਲੀਮੈਂਟ ਵਿੱਚ ਪਾਸ ਹੋਇਆ ਅੱਗੇ ਸਾਨੂੰ ਮਨੋਜੀਤ ਸਿੰਘ ਸਾਹਿਬ ਨੇ ਕਿਹਾ ਸੀ ਵੀ ਮੇਰੇ ਹੱਥ ਵਿੱਚ ਨਹੀਂ ਹੈ ਲੇਕਿਨ ਅਸੀਂ ਇੱਕ ਵਾਰੀ ਨੂੰ ਜ਼ਰੂਰ ਪੁੱਛਾਂਗੇ ਕਿ ਆ ਤੁਹਾਨੂੰ 12 ਡੈਪੂਟੇਸ਼ਨ ਜੋ ਮਿਲੇ 12 ਦੇ ਵਿੱਚੋਂ ਨੋਨ ਡੈਪੂਟੇਸ਼ਨ ਹੈ ਤੁਹਾਨੂੰ ਮਾਂ ਬੋਲੀ ਪੰਜਾਬੀ ਦੇ ਬਰਕ ਕਿਹਾ ਸੀ ਤੁਸੀਂ ਮਾਂ ਬੋਲੀ ਪੰਜਾਬੀ ਦੀ ਕਿਹਾ ਤੁਸੀਂ ਸਾਡੀ ਉਸ ਨੂੰ ਰਿਪਰੈਜ਼ੈਂਟੇਸ਼ਨ ਨੂੰ ਦਿੱਲੀ ਫਾਰਵਰਡ ਕੀਤਾ ਹੈ ਇਹ ਉਹਨਾਂ ਨੂੰ ਮੈਂ ਇੱਕ ਮੁਲਾਕਾਤ ਕਰਾਂਗੇ ਬੜੀ ਜਲਦੀ ਤਾਂ ਵੀ ਪੁੱਛਾਂਗਾ ਨਹੀਂ ਹੋਈ ਤਾਂ ਆਰਟੀਆ ਜ਼ਰੂਰ ਪੁੱਛਾਂਗਾ ਕਿ ਕਹ ਤੁਸੀਂ ਸਾਡੀ ਰਿਪਰੈਜ਼ੈਂਟੇਸ਼ਨ ਨੂੰ ਦਿੱਲੀ ਫਾਰਵਰਡ ਕੀਤਾ ਤਾਂ ਸਾਨੂੰ ਪਤਾ ਲੱਗੇਗਾ ਸਰਕਾਰ ਕਿੰਨੀ ਸੰਸ਼ੀਰ ਹੈ ਤੇ ਬਾਕੀ ਦਿੱਲੀ ਨੂੰ ਮੈਨੂੰ ਲੱਗਦਾ ਅਹਿਸਾਸ ਉਸਲੇ ਹੋਏਗਾ ਜਿਸ ਸਮੇਂ ਇਲੈਕਸ਼ਨ ਆਣ ਆਲੀ ਹੋਏਗੀ ਇਲੈਕਸ਼ਨ ਆਣ ਆਲੀ ਹੋਏਗੀ ਇਹ ਮੁੱਦਾ ਜਾਂ ਤੇ ਫਿਰ ਉਹਨੂੰ ਹੌਸਲੇ ਰੱਖੇਦਾ ਉਹ ਉਸ ਲਈ ਇਲੈਕਸ਼ਨ ਦੇ ਕੋਲ ਕੁਝ ਦਿਨ ਪਹਿਲੇ ਸਿਕਾ ਨੂੰ ਖੁਸ਼ ਕਰਨ ਲਈ ਕਹਾਂਗੇ ਜਿਵੇਂ ਅਸੀਂ ਪਾਰਲੀਮੈਂਟ ਦੇ ਤੁਹਾਡੀ ਇਸ ਮਾਂ ਬੋਲੀ ਨੂੰ ਉਹਦਾ ਸੀ ਜੈਂਕਾ ਅਫੀਸ਼ੀਅਲ ਲੈਂਗੁਏਜ ਬਿਲ ਚ ਪਾਤਾ ਲੇਕਿਨ ਇਹ ਕੱਲ ਹੋਰ ਬੜੇ ਅਫਸੋਸ ਨਾਲ ਆ ਐਲਜੀ ਸਾਹਿਬ ਨੇ ਸਾਡੇ ਨਾਲ 2 ਸਾਲ ਪਹਿਲੇ ਵਾਅਦਾ ਕੀਤਾ ਸੀ ਕਿ ਮੈਂ ਪੰਜਾਬੀ ਦੀ ਪ੍ਰੋਮੋਸ਼ਨ ਦੇ ਲਈ ਹਰ ਕੰਮ ਕੀਤਾ ਕਰਾਂਗਾ ਲੇਕਿਨ ਮੈਂ ਕਲਚਰ ਅਕੈਡਮੀ ਤੋਂ ਵੀ ਪਤਾ ਕੀਤਾ ਅੱਜ ਤੱਕ ਕੋਈ ਮੈਸਮੈਂਟ ਕੋ 10 ਰੁਪਏ ਦਾ ਵੀ ਕੋਈ ਪੰਜਾਬੀ ਦਾ ਨਵਾਂ ਕਾਇਦਾ ਅਪਣਾ ਕੇ ਨਹੀਂ ਨਾ ਰੱਖਿਆ ਤੇ ਫਿਰ ਪ੍ਰੋਮੋਸ਼ਨ ਕਿਸ ਤਰ੍ਹਾਂ ਹੋਏਗੀ ਤੇ ਇਹ ਕੁਝ ਚੀਜ਼ਾਂ ਜੋ ਸਾਨੂੰ ਦੁਖੀ ਕਰਦਿਆਂ ਵੀ ਅਗਰ ਅਸੀਂ ਜਾਂਦੇ ਹਾਂ ਤੁਹਾਡੇ ਕੋਲ ਗੱਲਬਾਤ ਕਰਦੇ ਹਾਂ ਬੜਬੜੇ ਅੱਛੇ ਮਹਰਦ ਲੋਕੀ ਤੁਹਾਡੇ ਕੋਲ ਗਏ ਫਿਰ ਤੁਸੀਂ ਗੱਲ ਨਹੀਂ ਸੁਣੀ ਫਿਰ ਅਸੀਂ ਆਖਰ ਕਿਧਰ ਕੋ ਜਾਵਾਂਗੇ ਤੁਸੀਂ ਹੈੱਡ ਆਫ ਦਾ ਸਟੇਟ ਆਫ ਸਾਡੇ ਕਨਸਟੀਟਿਊਸ਼ਨਲ ਹੈੱਡ ਹੋ ਤੁਸੀਂ ਸਾਡੇ ਤੁਹਾਡੇ ਕੋਲੋਂ ਸਾਨੂੰ ਚੀਜ਼ਾਂ ਇਨਸਾਫ ਨਹੀਂ ਮਿਲੇਗਾ ਫਿਰ ਕਿੱਥੋਂ ਮਿਲੇਗਾ ਫਿਰ ਅਸੀਂ ਕਿਧਰ ਕਿਧਰ ਕੋ ਜਾਵਾਂਗੇ ਸੋ ਮੈਂ ਉਮੀਦ ਕਰਦਾ ਸਰਕਾਰ ਤੱਕ ਇਹ ਗੱਲਾਂ ਜਾਣ ਗਈਆਂ ਸਰਕਾਰ ਸੁਣੇ ਔਰ ਅੱਛਾ ਕਿ ਸਾਡੀ ਕੋਈ ਕਨਫਰਟੇਸ਼ਨ ਨਾ ਹੋਏ ਅਸੀਂ ਸਰਕਾਰ ਦੇ ਨਾਲ ਬੜੇ ਅੱਛੇ ਸਵਾਰਧਪੁਰਨ ਮੋਲ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਤਾਂ ਉਹਨਾਂ ਤੋਂ ਸਰਕਾਰ ਨੂੰ ਚਾਹੀਦਾ ਕਿ ਡ ਜੋ ਸਾਡੇ ਜਨੂਨਲ ਲੈਸਟਮੇਟ ਰਾਈਟਸ ਹਨ ਜੋ ਸਾਡੇ ਜਨੂਨਲ ਮੁੱਦੇ ਹਨ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏ ਕਸ਼ਮੀਰ ਵਾਲਿਆਂ ਦੇ ਹਨ ਜੰਮੂ ਵਾਲਿਆਂ ਦੇ ਹਨ ਕੁਝ ਦੇ ਸੰਖੰਬਾਈਨ ਕਰਕੇ ਬਣਾਏ ਹਨ ਐਸਆਰ 425 ਦਾ ਮੁੱਦਾ ਕਸ਼ਮੀਰ ਦੇ ਪੋਸਟਾਂ ਦੇ ਲਈ ਐਲਜੀ ਸਾਹਮਣੇ ਕਮਿਟਮੈਂਟ ਕੀਤੀ ਮੈਂ ਬਹੁਤ ਜਲਦੀ ਉਹਨਾਂ ਲਈ ਪੋਸਟਾਂ ਕੱਢਾਂਗਾ ਲੇਕਿਨ ਹਜ ਤੱਕ ਨਹੀਂ ਕੱਢੀਆਂ ਸੋ ਇਹਨਾਂ ਮੁੱਦਿਆਂ ਨੂੰ ਅਸੀਂ ਉੱਥੇ ਪਹੁੰਚਾਂਗੇ ਸੂਰ ਅਸੀਂ ਬਹੁਤ ਜਲਦੀ ਡੀਜੀਪੀਸੀ ਦੇ ਪ੍ਰਧਾਨ ਦੇ ਸਰਪ੍ਰਸਿਜ਼ ਲੈ ਕੇ ਪੂਰਾ ਡਿਪੋਟੀਸ਼ਨ ਅਸੀਂ ਐਲਜੀ ਸਾਨੂੰ ਮਿਲਾਂਗੇ ਔਰ ਇਹਨਾਂ ਨੂੰ ਕਹਾਂਗੇ ਇਹ ਮੁੱਦੇ ਬਹੁਤ ਦੇਰ ਤੋਂ ਪੈਂਡਿੰਗ ਹਨ ਇਹਨ ਸੈਕਟਰਡੇ ਪਈ ਹੈ 1 ਕਰੋੜ ਰੁਪਏ ਦਾ ਟੋਟਲ ਮਸਲਾ 14 ਲੋਕਾਂ ਨੂੰ 7.5 ਲੱਖ ਰੁਪਏ ਹੋਰ ਦੇਣਾ ਹੈ ਕਿਉਂਕਿ ਬਾਕੀ ਨੂੰ 8.5 ਲੱਖ ਮਿਲੇ ਹਿੰਦੁਸਤਾਨ 'ਚ ਇਹਨਾਂ ਨੂੰ ਸਿਰਫ 1 ਲੱਖ ਮਿਲਿਆ ਫਾਈਲ ਬਣੀ ਪਈ ਹੈ ਤਿਆਰ ਪਈ ਹੈ ਡਿਸਪੋਜ਼ਲ ਵਾਸਤੇ ਐਲਜੀ ਸਾਹਿਬ ਦੇ ਟੇਬਲ ਤੇ ਜਾਣੀ ਹੈ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ ਜਿੱਥੇ 20-20 ਹਜ਼ਾਰ ਕਰੋੜ ਦੇ ਬਜਟ ਦੀ ਗੱਲ ਕਰਦੇ ਹਨ ਰੋਜ਼ ਅਖਬਾਰਾਂ 'ਚ ਬੜੀ ਬੜੀ ਵੱਡੀ ਹੋਲਡਿੰਗਸ ਆਉਂਦੀਆਂ ਨੇ ਜੀ ਅਸੀਂ 80 ਹਜ਼ਾਰ ਕਰੋੜ ਦਾ ਪੈਕੇਜ ਆ ਗਿਆ 10 ਹਜ਼ਾਰ ਕਰੋੜ ਦਾ ਅਗਰ ਕਿਸੇ ਕਮਿਊਨਿਟੀ ਨੂੰ ਜ਼ਖਮਾਂ ਦੇ ਮਰਮ ਲਗਾਣੀਆਂ ਹੋਵੇ ਤੇ ਮਰਮ ਜੀ 1 ਨਹੀਂ ਸਾਨੂੰ ਕੁਝ ਦੇਣਾ ਚਾਹਦੀ ਨਹੀਂ ਦੇਣਾ ਚਾਹਦੀ ਕਹਿ ਦੇਵੇ ਤੁਹਾਨੂੰ ਕੁਝ ਨਹੀਂ ਦੇਣਾ ਸਾਡ ਕੋਲ ਨਾ ਆਇਓ ਤੇ ਸਰਦਾਰ ਆਪਣੇ ਲੈਵਲ ਅੱਜ ਤੱਕ ਭੀਖ ਕਿਸੇ ਨੇ ਮੰਗੀ ਨਹੀਂ ਇਸ ਕੋਲ ਮੰਗ ਕੇ ਖਾਦਾ ਨਹੀਂ ਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਹੈ ਸਾਡੇ ਅਰਾਮ ਨਾਲ ਖਾਂਦੇ ਆਇਆ ਉਹ ਡਟਕਾ ਗੋभी ਖਾਵਾਂਗੇ ਫਿਰ ਪਤਾ ਲੱਗੇਗਾ ਵੀ ਸਾਨੂੰ ਜਾਣ ਦਾ ਫਾਇਦਾ ਕੋਈ ਨਹੀਂ ਮਿਲਣਾ ਕਖਣੀ ਇਸ ਕਰਕੇ ਸਾਨੂੰ ਕਹਿ ਦਿਓ ਦੇਣਾ ਕੁਝ ਨਹੀਂ ਅਸੀਂ ਚੁੱਪ ਕਰਕੇ ਬੈਠ ਜੀ ਬਿਲਕੁਲ ਜੀ ਜਿਸ ਤਰ੍ਹਾਂ ਦੇ ਨਾਲ ਤੁਸੀਂ ਵੀ ਯਕੀਨ ਦਿਵਾਇਆ ਅੱਗੇ ਤੁਹਾਨੂੰ ਵੀ ਯਕੀਨ ਦਿਵਾਏ ਜਾਂਦੇ ਨੇ ਹਣਾ ਆਪਦੇ ਤੌਰ ਦੇ ਉੱਤੇ ਅਪਰਾਲਾਤਾ ਕੀਤਾ ਜਾਂਦਾ ਹੀ ਹੈ ਤੇ ਅੱਜ ਵੀ ਜਿਹੜੀ ਰਵੇਗੀ ਪ੍ਰੈਸ ਕਾਨਫਰੰਸ ਹੈ ਤਾਂ ਇਹ ਪੋਣੀ ਤਾਂ ਜੀ ਸਭ ਤੋਂ ਖਲਾਸਾ ਕਰਨਗੇ ਅਸੀਂ ਦੱਸਣਗੇ ਡਿਟੇਲ ਕੀ ਹੈ ਜੀ ਪ੍ਰਧਾਨ ਸਾਹਿਬ ਉਥੇ ਹੋਣਗੇ ਤੇ ਨਾਲ ਹੀ ਤੁਹਾਡੇ ਹੋ ਸਾਰੇ ਟੀਮ ਸਾਡੀ ਸਾਰੀ ਟੀਮ ਹੋਵੇਗੀ ਜਿੱਥੇ ਕਿ ਅੱਜ ਜਿਹੜੇ ਗੱਲ ਕੀਤੀ ਗਈ ਸੀ ਗੁਰਦਾਰ ਗੁਰੂ ਘਰਾਂ ਦੇ ਵਜੀਰ ਨੇ ਜਿਹੜੇ ਕੀਰਤਨੀਏ ਭਾਈ ਸਾਹਿਬ ਨੇ ਅਗਰੰਥੀ ਸਹਿਬਾਨ ਨੇ ਉਹਨਾਂ ਦੇ ਵਾਸਤੇ ਕੀ ਜਿਹੜੀ ਨਵੀਂ ਅਨਾਉਂਸਮੈਂਟ ਰਵੇਗੀ ਕੀ ਉਹਨਾਂ ਦੇ ਲਈ ਕੋਈ ਤੋਹਫ਼ਾ ਦੇਖਦੇ ਆ 2:30 3 ਵਜੇ ਕੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਅਨਾਉਂਸਮੈਂਟ ਰਹਿੰਦੀ ਹੈ ਕਿ ਤੋਹਫ਼ਾ ਹੈ ਉਹਨਾਂ ਦੇ ਲਈ ਜੋ ਵਾਅਦੇ ਕੀਤੇ ਗਏ ਨੇ ਉਹ ਡਿਸਟ੍ਰਿਕਟ ਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪੂਰੇ ਕੀਤੇ ਜਾ ਰਹੇ ਨੇ ਤੇ ਹੌਲੀ-ਹੌਲੀ ਵੀਰ ਜੀ ਉਹਨਾਂ ਨੇ ਯਕੀਨ ਦਿਵਾਇਆ ਕਿ ਉਹ ਕੀਤੇ ਜਾਣਗੇ ਤੇ ਨਾਲ ਹੀ ਇੱਕ ਵਾਰ ਫਿਰ ਤੁਹਮੇ ਦੱਸ ਦਿਆਂ ਕਿ ਜਿਸ ਤਰ੍ਹਾਂ ਦੇ ਨਾਲ ਗੱਲ ਦੀ ਸ਼ੁਰੂਆਤ ਹੋਈ ਸੀ ਵੀ ਕੀ ਕੰਬਾਈਨ ਕੰਪੀਟੀਟਿਵ ਇਗਜ਼ਾਮ ਹੈ ਕੱਲ ਉਹਦੇ ਵਿੱਚ ਬਲਵਿੰਦਰ ਵੀਰ ਜੀ ਉਹਨਾਂ ਨੇ ਯਕੀਨ ਦਿਵਾਇਆ ਕਿ ਬਿਲਕੁਲ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਵੇਗੀ ਜਿਹੜੇ ਗੁਰਸਿੱਖ ਬੱਚੇ ਨੇ ਜਿਹੜੇ ਅਮਰਤਾਰੀ ਬੱਚੇ ਨੇ ਆਪਣੇ ਕਕਾਰਾਂ ਦੇ ਨਾਲ ਪੂਰੀ ਸ਼ਾਨ ਦੇ ਨਾਲ ਉਹਨਾਂ ਕਕਾਰਾਂ ਨੂੰ ਪਾ ਕੇ ਜਾਣ ਉੱਥੇ ਕਿਸੇ ਵੀ ਕਿਸਮ ਦਾ ਉਹਨਾਂ ਬੱਚਿਆਂ ਨੂੰ ਬਿਲਕੁਲ ਵੀ ਤੰਗ ਹੈ ਜਿਹੜਾ ਨਹੀਂ ਕੀਤਾ ਜਾਵੇਗਾ ਇਹ ਸਰਦਾਰ ਬਲਵਿੰਦਰ ਸਿੰਘ ਜੀ ਹੋਣਾ ਦੇ ਵੱਲੋਂ ਜੀ ਡਿਸਟ੍ਰਿਕਟ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਪੂਰੀ ਟੀਮ ਦਾ ਸਾਥ ਹੈ ਇਹਨਾਂ ਦੇ ਨਾਲ ਮੀਟਿੰਗ ਕਰਕੇ ਹੀ ਹਰ ਇੱਕ ਜਿਹੜਾ ਵਿਸ਼ਾ ਇਹਨਾਂ ਦੇ ਵੱਲੋਂ ਡਿਸਕਸ ਕਰਕੇ ਹੀ ਫੇਰ ਹੀ ਉਹਨੂੰ ਅੱਗੇ ਤੋਰਿਆ ਜਾਂਦਾ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਸਾਡੀ ਕੌਮ ਦੇ ਥੜੀ ਡਿਸਟ੍ਰਿਕਟ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਤੁਸੀਂ ਆਰਟੀਆਈ ਐਕਟੀਵਿਸਟ ਹੋ ਹੈਗੇ ਹੋ ਕਿਉਂਕਿ ਤੁਸੀਂ ਹੁਣ ਨਵੇਂ ਨਹੀਂ ਚੁੱਕਣ ਲੱਗੇ ਤੁਸੀਂ ਚੁੱਕਦੇ ਆ ਰਹੇ ਹੋ ਉਹਦੇ ਲਈ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੀ ਵਾਹਿਗੁਰੂ ਜੀ ਕ